પાસ ਤੇ ਵੱਡੀ سپورਟ ਰਹੀ ਜਿਸ ਤੋਂ ਬਿਨਾ ਤੁਸੀਂ ਕਰ ਨਹੀਂ ਸਕਦੇ ਸੀ ਜੇ ਮੈਂ ਸੱਚ ਦੱਸਾਂ ਤੇ ਮੈਨੂੰ ਕਿਸੇ ਪਾਸੇ ਕੋਈ سپورਟ ਨਹੀਂ ਮਿਲੀ ਇਸ ਲਾਈਨ ਚ ਤੋਂ ਉਹ ਮੈਂ ਕਰਨਾ ਤਾਂ ਚਾਹੁੰਦੀ ਸੀ ਪਰ ਮੇਰੇ ਮੈਨੂੰ ਕਰ ਨਹੀਂ ਸਕਦੇ ਸੀ ਕਿ ਮੈਂ ਹਨਾ ਉਹ ਫਿਰ ਜਦੋਂ ਅਸੀਂ ਵਿਆਹ ਹੀ ਜਾਂਦੇ ਆ ਪਹਿਲਾਂ ਤਾਂ ਪੇਕੇ ਦੇ ਘਰ ਹੁੰਨੇ ਆ ਤਾਂ ਵੀ ਬੰਦਛਾਂ ਵਿੱਚ ਰੋ ਤੇ ਵਿਆਹ ਜੰਨੇ ਤਾਂ ਵੀ ਬੰਦਛਾਂ ਵਿੱਚ ਰੋ ਜਦੋਂ ਵਿਆਹ ਕਰਤਾ ਤੇ ਘਰ ਵਾਲੇ ਕਹਿੰਦੇ ਚੁੱਪ ਕਰਕੇ ਰੋਟੀਆਂ ਪਕਾ ਲੈ ਇੱਥੇ ਇਹੋ ਜਿਹਾ ਨਾਂ ਨਾ ਲੈ ਫਿਰ ਮੈਨੂੰ ਅੰਦਰੋਂ ਮੈਂ ਤੁਖਦੀ ਰਹਿੰਦੀ ਸੀ ਕਿ ਯਾਰ ਕੀ ਹੈ ਮੇਰੀ ਲਾਈਫ ਤਾਂ ਭਾਂਡੇ ਮੰਜਾ ਨਾਲ ਹੀ ਹੈਗੀ ਭਾਂਡੇ ਮਾਜਲੇ ਰੋਟੀ ਪਕਾ ਲਈ ਕੱਪੜੇ ਧੋਨੇ ਹੋਰ ਦਾ ਕੁਛ ਹੈ ਹੀ ਨਹੀਂ ਹੈ ਇਹ ਮੈਨੂੰ ਇਹੀ ਰਹਿ ਗਿਆ ਹਨਾ ਮੇਰੇ ਵਾਸਤੇ ਸਾਡੇ ਖਰਚੇ ਤਾਂ ਪਸਾਦ ਪੈ ਗਏ ਤੇਰਾ ਦੇਵਰ ਮੇਰਾ ਪਾਂਚਾ ਕਿਤੇ ਕਿਤੇ ਚੱਕਰ ਕੱਟਦੇ ਕਰਦੇ ਮੈਨੂੰ ਕਿਤੇ ਲੱਭਦੇ ਲੁਕਦੇ ਕਿਤੇ ਬੱਸਾਂ ਆ ਗਈ। ਤੇ ਵੇਖੀ ਜਾ ਕੇ ਕਿਤੇ ਬੰਬਾਂ ਦਾ ਕਿਤੇ ਇੱਧਰ ਦਾ ਨਹੀਂ ਕਿਤੇ ਭਾਬੀ ਜੀ ਕਿ ਮੈਨੂੰ ਉਤਰੀ ਫਿਰ ਮੇਰੇ ਗੋਰ ਮੇਰੇ ਹੋ ਗਿਆ ਬੀਲਾ ਇਹਨਾਂ ਨੇ ਮੈਨੂੰ ਇਹਦਾਂ ਵੇਖ ਲੈ। ਅਬ ਮੈਂ ਭਈਓ ਸਿਚੁਏਸ਼ਨ ਪੜੀ ਗੰਦੀ ਸੀਗੀ। ਮੈਂ ਕੀ ਕਰ ਪਾ ਰਹਿਆ ਆ ਤੁਹਾਡੀ ਗੱਲ ਸੁਣਦੇ ਸੁਣਦੇ ਆਈ ਕੰਡਰਸਟੈਂਡ। ਬੱਜੀਆਂ ਧਾੜ ਧਾੜ। ਓਹੋ। ਮੇਰੇ ਹਸਬੰਦ ਨੇ ਪੁੱਛਿਆ ਨਹੀਂ ਦਸਾਂ ਤੜ ਮਾਰੀ ਮੇਰੇ ਥੱਪੜ ਹੈ ਨਾ ਮੇਰੇ ਕੰਨ ਅੱਜ ਵੀ ਬੰਦ ਗਿਆ ਉਸ ਟਾਈਮ ਤੋਂ ਉਸ ਇਨਸੀਡੈਂਟ 20 ਸਾਲ ਹੋ ਗਏ ਹਰ ਇੱਕ ਐਕਟਰ ਦਾ ਆਪਣਾ ਇੱਕ ਹੋਰਾ ਹੁੰਦਾ ਇੱਕ ਪ੍ਰੈਜੈਂਸ ਹੁੰਦੀ ਹੈ ਉਸ ਦੀ ਸੋਦਾ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਵਿੱਚ ਤੁਸੀਂ ਉਹ ਇਹ ਤੁਹਾਡਾ ਪਿਆਰ ਬੋਲਦਾ ਹੈ ਐਕਟਰ ਕੋਈ ਤਿੱਡੋ ਥੋੜਾ ਜੰਮੇ ਹੁੰਦੇ ਨੇ ਇਹ ਇਦਾਂ ਹੀ ਮਤਲਬ ਬਣੇ ਹੁੰਦੇ ਨੇ ਨਾ ਮਤਲਬ ਡਾਇਰੈਕਟਰ ਨੇ ਬਣਾਈ ਹੁੰਦੇ ਨੇ ਐਕਟਰ ਵੀ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਾਈ ਪੋਡਕਾਸਟ ਵਿਸ਼ੇਖਰ رائے ਔਰ ਮੈਂ ਡੈਫੀਨਿਟਲੀ ਸ਼ੇਖਰ رائے ਸੋ ਅੱਜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦਾ ਐਪੀਸੋਡ ਬਹੁਤ ਹੀ ਖਾਸ ਜਾਣ ਵਾਲਾ ਹੈ ਔਰ ਇਸ ਦੇ ਇੱਕ ਇੱਕ ਪਲ ਨੂੰ ਤੁਸੀਂ ਯਾਦ ਕਰੋਗੇ ਇਸ ਇਸ ਦੇ ਇੱਕ ਇੱਕ ਪਲ ਨੂੰ ਤੁਸੀਂ ਇੰਜੋਏ ਕਰੋਗੇ ਕਿਉਂਕਿ ਸਾਡੇ ਨਾਲ ਪੰਜਾਬੀ ਫਿਲਮ ਇੰਡਸਟਰੀ ਔਰ ਹਿੰਦੀ ਫਿਲਮ ਇੰਡਸਟਰੀ ਦੀ ਇੱਕ ਉਹ ਅਦਾਕਾਰਾ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਉਹਨਾਂ ਬਾਰੇ ਜਾਣਨਾ ਚਾਹੁੰਦਾ ਹੈ ਉਹਨਾਂ ਦਾ ਨਾਮ ਜਾਣਨਾ ਚਾਹੁੰਦਾ ਕਿਉਂਕਿ ਸ਼ੀ ਇਜ਼ ਵੈਰੀ ਬਿਊਟੀਫੁਲ ਚਾਰਮਿੰਗ ਔਰ ਮੇਰੇ ਨਾਲ ਇੱਥੇ ਬੈਠੇ ਨੇ ਸਤਵੰਤ ਕੌਰ ਜੀ ਜੋ ਕਿ ਸਾਡੇ ਲਈ ਸਤਕਾਰਯੋਗ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਸਿਗਾ ਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਆਪਣੇ ਪੋਡਕਾਸਟ ਤੇ ਬੁਲਾਇਆ ਔਰ ਮੈਨੂੰ ਇਸ ਲਈ ਸਮਝਿਆ ਥੈਂਕ ਯੂ ਸੋ ਸੋ ਮੱਚ ਮੈਮ ਮੈਂ ਆਪਣੇ ਆਪ ਨੂੰ ਗ੍ਰੇਟਫੁਲ ਫੀਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਅੱਜ ਗੱਲ ਕਰਨ ਦਾ ਮੌਕਾ ਮਿਲਿਆ ਸੋ ਤੁਹਾਨੂੰ ਹਮੇਸ਼ਾ ਜਦੋਂ ਵੀ ਸਕਰੀਨ ਦੇ ਉੱਤੇ ਦੇਖਦੇ ਆ ਸੋ ਇੱਕ ਹਰ ਇੱਕ ਐਕਟਰ ਦਾ ਆਪਣਾ ਇੱਕ ਔਰਾ ਹੁੰਦਾ ਇੱਕ ਪ੍ਰੈਜ਼ੈਂਸ ਹੁੰਦੀ ਹੈ ਉਸ ਦੀ ਕੈਰੈਕਟਰਸ ਡਿਫਰੈਂਟ ਡਿਫਰੈਂਟ ਹੋ ਸਕਦੇ ਨੇ ਬਟ ਉਹ ਉਹ ਐਕਟਰ ਜਿਹੜਾ ਕਿ ਸਕਰੀਨ ਨੂੰ ਚਕਾ ਚੋਂਦ ਕਰ ਦਵੇ ਸੋ ਉਹ ਐਕਟਰਸ ਗਿਣਤੀ ਦੇ ਹੋਇਆ ਕਰਦੇ ਨੇ ਸੋ ਜਿਵੇਂ ਕਿ ਆਫ ਕੈਮਰਾ ਮੈਂ ਗੱਲ ਵੀ ਕਰਦਾ ਸੀਗਾ ਇੱਕ ਤਾਂ ਮੈਂ ਨੀਰੂ ਬਾਜਵਾ ਜੀ ਨੂੰ ਹਮੇਸ਼ਾ ਕਹਿੰਦਾ ਕਿ ਪੰਜਾਬੀ ਇੰਡਸਟਰੀ ਦਾ ਤੋੜ ਨਹੀਂ ਮਿਲਿਆ ਸੋ ਉਦਾਂ ਦੇ ਜਿਹੜੇ ਐਕਟਰਸ ਨੇ ਉਹਨਾਂ ਦੀ ਲਿਸਟ ਦੇ ਵਿੱਚ ਤੁਸੀਂ ਹੋ ਕਿ ਜਦੋਂ ਤੁਸੀਂ ਸਕਰੀਨ ਤੇ ਹੁੰਦੇ ਹੋ ਤਾਂ ਤੁਹਾਡੀ ਪ੍ਰੈਜ਼ੈਂਸ ਪ੍ਰੈਜ਼ੈਂਸ ਜਿਹੜੀ ਹੈ ਕਮਾਲ ਦੀ ਹੁੰਦੀ ਹੈ ਥੈਂਕ ਯੂ ਸੋ ਮਚ ਇਹ ਤੁਹਾਡਾ ਪਿਆਰ ਬੋਲਦਾ ਹੈ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ ਮੈਨੂੰ ਇੰਨਾ ਸਤਿਕਾਰ ਦਿੰਦੇ ਹੋ ਪਿਆਰ ਦਿੰਦੇ ਹੋ ਜੀ ਸੋ ਮੈਮ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਪੰਜਾਬੀ ਫਿਲਮਾਂ ਦੇ ਵਿੱਚ ਵੀ ਤੁਸੀਂ ਆਪਣੀ ਛਾਪ ਛੱਡੀ ਬਹੁਤ ਸਾਰੇ ਪ੍ਰੋਜੈਕਟਸ ਹੁਣ ਵੀ ਚੱਲਦੇ ਪਏ ਨੇ ਇੱਕ ਸ਼ੁਰੂਆਤ ਹੋਈ ਗੀਤਾਂ ਤੋਂ ਸ਼ੁਰੂਆਤ ਹੋਈ ਤੁਹਾਡੀ ਹੈਨਾ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਤੁਸੀਂ ਹਰ ਇੱਕ ਜਿਹੜਾ ਪਲੇਟਫਾਰਮ ਹੈਗਾ ਉਸ ਦੇ ਉੱਤੇ ਤੁਸੀਂ ਸ਼ਾਈਨ ਕੀਤਾ ਸੋ ਆਡੀਅנס ਦੇ ਸਾਹਮਣੇ ਆਪਣੀ ਪ੍ਰੈਜੈਂਸ ਨੂੰ ਪ੍ਰੂਫ ਕੀਤਾ ਸੋ ਮੈਮ ਸਟਾਰਟਿੰਗ ਕਿਵੇਂ ਹੋਈ ਸੀ ਮੈਂ ਉਸਦੇ ਲਈ ਬੜਾ ਕਿਉਰੀਅਸ ਐ ਕਿਉਂਕਿ ਅਸੀਂ ਇਹ ਗੱਲਾਂ ਆਮ ਤੌਰ ਦੇ ਉੱਤੇ ਸੁਣਦੇ ਆ ਕਿ ਤੁਹਾਨੂੰ ਇੱਕ ਖਾਸ ਤੇ ਵੱਡੀ ਸਪੋਰਟ ਰਹੀ ਜਿਸ ਤੋਂ ਬਿਨਾ ਤੁਸੀਂ ਕਰ ਨਹੀਂ ਸਕਦੇ ਸੀ ਸ਼ਾਇਦ ਅ ਇਸ ਲਾਈਨ 'ਚ ਮੈਨੂੰ ਸਪੋਰਟ ਕਿਵੇਂ ਮਿਲੀ ਹੈ ਜੀ ਜੇ ਮੈਂ ਸੱਚ ਦੱਸਾਂ ਤੇ ਮੈਨੂੰ ਕਿਸੇ ਪਾਸੇ ਕੋਈ ਸਪੋਰਟ ਨਹੀਂ ਮਿਲੀ ਇਸ ਲਾਈਨ 'ਚ ਅੱਛਾ ਮੈਂ ਕੱਲੀ ਆਈਆਂ ਕੱਲੀ ਨੇ ਚੰਡੇ ਗੱਡੇ ਨੇ ਬਗਾਵਤ ਕਰਕੇ ਹੀ ਆਈਆਂ ਇਸ ਲਾਈਨ 'ਚ ਓਕੇ ਹਾਂ ਉਹ ਐਦਾਂ ਹੋਇਆ ਸੀਗਾ ਕਿ ਮੈਂ ਅਸੀਂ 95 'ਚ ਮੈਂ ਮੁਹੱਲੀ ਮੂਵ ਕੀਤਾ ਸੀਗਾ ਜੀ ਤੇ 96 7 ਦੇ ਵਿੱਚ ਕੋਈ ਮੇਰੇ ਹੀ ਮਤਲਬ ਨੀਅਰ ਬਾਈ ਕਿਤੇ ਸ਼ੂਟ ਚੱਲਦਾ ਪਿਆ ਸੀਗਾ ਜੀ ਤੇ ਉਦੋਂ ਵੀਡੀਓ ਸ਼ੂਟ ਹੁੰਦੇ ਸੀ ਵੀ ਘਾਟੇ ਹੁੰਦੇ ਸੀਗੇ ਹਨਾ 95 'ਚ <laughs> 6 'ਚ ਇਹ ਸ਼ੂਟ ਚੱਲਦਾ ਸੀਗਾ ਤੇ ਅਸੀਂ ਵੈਸੇ ਹੀ ਮੈਂ ਤਾਂ ਸ਼ੂਟਿੰਗ ਦੇਖਣ ਗਈ ਸੀ। ਅੱਛਾ ਕਿਸੇ ਦੇ ਨਾਲ? ਕਿਸੇ ਦੇ ਨਾਲ ਕੀ ਜਿਵੇਂ ਹੁਣ ਅ ਅੱਜ ਕੱਲ ਉਹ ਗਿੱਪੀ ਘਰੇਵਾਲ ਜਿਹੜੇ ਹੈਗੇ ਨੇ ਹਨਾ ਸਾਡੀ ਇੰਡਸਟਰੀ ਦੇ ਜਿਹੜੇ ਥਮ ਨੇ ਜੰਦੇ ਨੇ ਹਨਾ। ਜੀ ਗਿੱਪੀ ਘਰੇਵਾਲ ਤੇ ਉਹਨਾਂ ਦੇ ਅ ਮਦਰ ਇਨ ਲਾ ਸੀਗੇ ਤੇ ਉਹਨਾਂ ਦੀ ਸਿਸਟਰ ਇਨ ਲਾ ਉਹ ਵੀ ਇਸ ਲਾਈਨ ਚ ਮੋਡਲਿੰਗ ਚ ਸੀ ਗਾਣੇ ਗੁਨੇ ਕਰਦੇ ਹੁੰਦੇ ਸੀਗੇ ਤੇ ਉਦੋਂ ਗਿੱਪੀ ਤਾਂ ਕੋਈ ਹਜੇ ਵਿਚਾਰਿਆਂ ਦਾ ਇਹਨਾਂ ਦਾ ਨਾਮ ਨਹੀਂ ਸੀਗਾ ਕਿਤੇ ਤੇ ਉਦੋਂ ਚਲੋ ਇੱਕ ਨਾਮ ਮੈਂ ਦੱਸ ਰਹੀ ਹਾਂ ਤੁਹਾਨੂੰ ਹਣਾ ਉਸ ਸਮੇਂ ਉਹਨਾਂ ਨੇ ਸ਼ੁਰੂਆਤ ਕੀਤੀ ਹਾਂਜੀ ਹਾਂ ਬਿਲਕੁਲ ਹਾਂ ਉਹ ਤਾਂ ਉਸ ਸਮੇਂ ਦੀ ਗੱਲ ਹੈ ਇਹ ਤੇ ਅਸੀਂ ਉਹਨੇ ਇਹਨਾਂ ਦੇ ਵੱਡੇ ਜਿਹੜੇ ਅਸਿਸਟੈਂਟ ਲਾ ਹੈਗੇ ਨੇ ਉਹ ਕੋਈ ਗਾਣਾ ਐ ਲੀਡ ਤੇ ਕਰਦੇ ਸੀ ਗਾਣੇ ਉਹ ਹੂੰ 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 ਤੇ ਉਹਨਾਂ ਦੇ ਜਿਹੜੇ ਇਹਨਾਂ ਦੇ ਮਦਰਨ ਲਾ ਨੇ ਉਹ ਮਤਲਬ ਨਾਲ ਜਾਂਦੇ ਸੀ ਕੁੜੀਆਂ ਦੇ ਜਿਵੇਂ ਵੀ ਚਲੋ ਨਾਲ ਜਾਂਦੇ ਹਨਾ ਤੇ ਉਹ ਸਾਡੇ ਮੇਰੇ ਸਿਸਟਰ ਦੇ ਘਰ ਦੇ ਬਿਲਕੁਲ ਸਾਹਮਣੇ ਵਾਲਾ ਘਰ ਸੀਗਾ ਤੇ ਉਹ ਫਿਰ ਮੈਨੂੰ ਕਹਿੰਦੇ ਕਿ ਮੈਂ ਵੀ ਦੇਖਿਆ ਮੈਨੂੰ ਐ ਲੱਗਾ ਵੀ ਸ਼ੂਟਿੰਗ ਤੇ ਚੱਲੇ ਨੇ ਇਹ ਤੇ ਮੈਂ ਕਿਹਾ ਕੀ ਹੁੰਦੀ ਸ਼ੂਟਿੰਗ ਕਹਿੰਦੀ ਆਜੂ ਤੁਹਾਨੂੰ ਦਿਖਾ ਕੇ ਲਾਉਣੀ ਅੱਛਾ ਤੇ ਮੈਂ ਕਿਹਾ ਕਿੰਨੇ ਕੁ ਦੂਰ ਆ ਕਹਿੰਦੀ ਆਹੀ 1.5 ਕਿਲੋਮੀਟਰ ਆਪਣੀ ਬੈਕਸਾਈਡ ਤੇ ਆ ਅਸੀਂ ਉਦੋਂ ਮਹਾਲੀ ਨੋ ਫੇਸ 'ਚ ਰਹਿੰਦੀ ਸੀਗੇ ਜੀ ਤੇ ਐਜੂਕੇਸ਼ਨ ਬੋਰਡ ਦੇ ਬੈਕਸਾਈਡ ਤੇ ਨਾ ਲੀਅਰ ਵੈਲੀ ਸੀਗੀ ਤੇ ਉੱਥੇ ਸ਼ੂਟ ਹੁੰਦਾ ਸੀਗਾ ਗਾਣੇ-ਗੁਣੇ ਅਸੀਂ ਉੱਥੇ ਚਲੇ ਗਏ ओके ਉਹ ਡਾਇਰੈਕਟਰ ਜਿਹੜੇ ਸੀਗੇ ਉਹ ਮੇਰੇ ਖਿਆਲ ਸੁਰਿੰਦਰ ਵਾਲੀਆ ਜਿਹੜੇ ਡਾਇਰੈਕਟਰ ਉਹਨਾਂ ਨੇ ਕਾਫੀ ਪਹਿਲਾਂ ਪੰਜਾਬੀ ਫਿਲਮਾਂ ਵੀ ਕੀਤੀਆਂ ਨੇ ਤਾਂ ਉਹਨਾਂ ਨੇ ਦੇਖਿਆ ਕਹਿੰਦੇ ਵੀ ਜਿੰਨੀਆਂ ਵੀ 15 20 ਕੁੜੀਆਂ ਆਈਆਂ ਨੇ ਸਭ ਤੋਂ ਜ਼ਿਆਦਾ ਸੋਹਣੀ ਇਹ ਕੁੜੀ ਹੈ। ਕੀ ਬਾਤ ਹੈ। ਦੇਖੋ ਮੈਂ ਵੀ ਉਹੀ ਗੱਲ ਕੀਤੀ ਨਾ ਸ਼ੁਰੂ ਵਿੱਚ। ਅੱਛਾ ਜੀ। ਤੇ ਵੀ ਕੁੜੀਆਂ ਤੇ ਮੈਨੂੰ ਬੁਲਾਇਆ ਉਹਨਾਂ ਨੇ। ਮੈਂ ਆਰਾਮ ਨਾਲ ਬੈਠੀ ਮੇਰੇ ਬੇਬੀ ਸੀ ਤੇ ਮੈਂ ਤੇ ਉਹ ਆਂਟੀ ਜੀ ਆਰਾਮ ਨਾਲ ਬੈਠੇ ਦੇਖੀ ਜਾਂਦੇ ਸ਼ੂਟਿੰਗ ਸ਼ੂਟਿੰਗ। ਤਾਂ ਉਹਨਾਂ ਨੇ ਮੈਨੂੰ ਜਦੋਂ ਮਤਲਬ ਲੰਚ ਟਾਈਮ ਅਸੀਂ ਫਿਰ ਡਾਇਰੈਕਟਰ ਨੇ ਮੇਰੇ ਨਾਲ ਗੱਲ ਕੀਤੀ ਵੀ ਤੁਸੀਂ ਵੀ ਕੁਝ ਕਰੋ ਮੈਂ ਕਿਹਾ ਨਹੀਂ ਮੈਨੂੰ ਤਾਂ ਆਉਂਦੀ ਨਹੀਂ ਐਕਟਿੰਗ ਮੈਨੂੰ ਤਾਂ ਇਹ ਕਿੱਥੇ ਆਉਂਦਾ ਇਹੋ ਜਿਹਾ ਕੁਝ ਹਾਂ ਤੇ ਕਹਿੰਦੇ ਕੋਈ ਗੱਲ ਨਹੀਂ ਡਾਇਰੈਕਟਰ ਕਦ ਵਾਸਤੇ ਹੁੰਦੇ ਨੇ ਅੱਛਾ ਇਹ ਜੇ ਡਾਇਰੈਕਟਰ ਜਾਨਵਰਾਂ ਤੋਂ ਕੰਮ ਲੈ ਸਕਦੇ ਤਾਂ ਤੁਸੀਂ ਇਨਸਾਨ ਇਨਸਾਨਾਂ ਦੀ ਭਾਸ਼ਾ ਸਮਝਦੇ ਹੋ ਤੇ ਤੁਸੀਂ ਇਹ ਕਰ ਸਕਦੇ ਹੋ ਕੋਈ ਗੱਲ ਨਹੀਂ ਐਕਟਰ ਕੋਈ ਟਿੱਡੋ ਥੋੜਾ ਜੰਮੇ ਹੁੰਦੇ ਨੇ ਇਦਾਂ ਹੀ ਮਤਲਬ ਬਣੇ ਹੁੰਦੇ ਨੇ ਹਨਾ ਮਤਲਬ ਡਾਇਰੈਕਟਰ ਨੇ ਬਣਾਈ ਹੁੰਦੇ ਨੇ ਐਕਟਰ ਵੀ ਤੇ ਕੰਫਿਡੈਂਸ ਹੋਣਾ ਚਾਹੀਦਾ ਚਲੋ ਜੀ ਇਹ ਗੱਲਾਂ ਹੋਈਆਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਮੈਨੂੰ ਸ਼ਾਮੀ ਜਦੋਂ ਪੈਕ ਅਪ ਹੋਇਆ ਤੇ ਮੈਨੂੰ ਕਹਿੰਦੇ ਜੀ ਮੇਰੇ ਕੋਲ ਇੱਕ ਫਿਲਮ ਆ ਅੱਛਾ ਜੀ ਤੇ ਉਹ ਫਿਲਮ ਦੇ ਵਿੱਚ ਇੱਕ ਲੀਡ ਤੇ ਰੋਲ ਆ ਸੈਕੰਡ ਲੀਡ ਤੇ ਅੱਛਾ ਸੈਕੰਡ ਲੀਡ ਨੇ ਮਤਲਬ ਲੀਡ ਵਰਗਾ ਹੀ ਰੋਲ ਜੀਗਾ ਤੇ ਉਹ ਮਤਲਬ ਸਟੋਰੀ ਐ ਇਦਾਂ ਤੇ ਜਾਂਦੀ ਹੈ ਹੀਰੋ ਦੀ ਸਿਸਟਰ ਦਾ ਹੈਗਾ ਤੇ ਉਹ ਬਹੁਤ ਵਧੀਆ ਕੈਰੈਕਟਰ ਦਾ ਥਰੋਅਆਊਟ ਚੱਲਣ ਵਾਲਾ ਤੇ ਲੈਂਥੀ ਕੈਰੈਕਟਰ ਜੇ ਤੁਸੀਂ ਕਰੋਗੇ ਤਾਂ ਫਿਰ ਮੈਂ ਕਿਹਾ ਵੀ ਨਹੀਂ ਮੈਂ ਤਾਂ ਨਹੀਂ ਮੈਂ ਨਹੀਂ ਕਰ ਸਕਦੀ ਕਿ ਕਿਉਂਕਿ ਮੈਨੂੰ ਘਰੋਂ ਵੀ ਇੰਨੀ ਪਰਮਿਸ਼ਨ ਨਹੀਂ ਸੀਗੀ ਜੀ ਵੀ ਮੈਂ ਕੁਛ ਐਦਾਂ ਦਾ ਕਰਾਂ ਹਨਾ ਰਾਈਟ ਉਹ ਦੌਰ ਵੀ ਕੁਛ ਐਦਾਂ ਦਾ ਸੀ ਹਾਂਜੀ ਦੌਰ ਵੀ ਐਦਾਂ ਦਾ ਸੀ ਦੌਰ ਵੀ ਐਦਾਂ ਦਾ ਸੀਗਾ ਤੇ ਉਹ ਫਿਰ ਜਦੋਂ ਅਸੀਂ ਵਿਆਹੇ ਜਾਂਦੇ ਆ ਪਹਿਲਾਂ ਤਾਂ ਪੇਕੇ ਦੇ ਘਰ ਹੁੰਨੇ ਆ ਤਾਂ ਵੀ ਬੰਦਸ਼ਾਂ ਵਿੱਚ ਰਹੋ ਤੇ ਵਿਆਹੇ ਜਾਂਦੇ ਤਾਂ ਵੀ ਬੰਦਸ਼ਾਂ ਵਿੱਚ ਰਹੋ ਬਿਲਕੁਲ ਇਹ ਹੋ ਜਾਂਦਾ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਕਰ ਸਕਦੀ ਉਹਨਾਂ ਨੇ ਮੈਨੂੰ ਉਹ ਕਰੈਕਟਰ ਵਾਕਈ ਬਹੁਤ ਵਧੀਆ ਸੀਗਾ ਹੀਰੋ ਦੀ ਸਿਸਟਰ ਤੇ ਉਹਦੇ ਆਲੇ ਦੁਆਲੇ ਸਾਰੀ ਸਟੋਰੀ ਕੁਮ ਦੇ ਸੀਗੀ ਤੇ ਮੈਨੂੰ ਫਿਰ ਉਹਨਾਂ ਨੇ ਦੋ ਤਿੰਨ ਵਾਰ ਮੈਸੇਜ ਭੇਜੇ ਕਿਸੇ ਦੇ ਥਰੂ ਪ੍ਰੋਡਕਸ਼ਨ ਵਾਲ ਦੇ ਵੀ ਮੈਡਮ ਨੂੰ ਮਨਾਓ ਤੁਸੀਂ ਬਹੁਤ ਸੋਹਣਾ ਕਰੈਕਟਰ ਆ ਵੀ ਕਰ ਲੈਣਗੇ ਤਾਂ ਇਹ ਹਾਂ ਤੇ ਉਹ ਮੈਂ ਕਰਨਾ ਤਾਂ ਚਾਹੁੰਦੀ ਸੀ ਪਰ ਮੇਰੇ ਮਤਲਬ ਕਰ ਨਹੀਂ ਸਕਦੀ ਸੀ ਮੈਂ ਹਨਾ ਇੱਕ ਤਾਂ ਮੈਨੂੰ ਐਸੀ ਹਾਂ ਐਕਟਿੰਗ ਨਹੀਂ ਆਉਂਦੀ ਸੀ ਦੂਜਾ ਵੀ ਇਹ ਵੀ ਬੱਚੇ ਵੀ ਛੋਟੇ ਹੈਸਮੰਡ ਕੀ ਕਹਿਣਗੇ ਜਾਂ ਰਿਸ਼ਤੇਦਾਰ ਕੀ ਕਹਿਣਗੇ ਭੈਣ ਭਰਾ ਕੀ ਕਰਨਗੇ ਇਦਾਂ ਦਾ ਖੁਸ਼ ਹੋ ਸੀਗਾ ਤੇ ਚਲੋ ਮੈਂ ਫਿਰ ਉਸੇ ਫਿਲਮ ਚ ਕੀਤਾ ਪਰ ਛੋਟਾ ਜਿਹਾ ਕੀਤਾ ਉਹ ਨਹੀਂ ਕੀਤਾ ਅੱਛਾ ਉਹ ਕੈਰੈਕਟਰ ਨਹੀਂ ਕੀਤਾ ਉਹ ਨਹੀਂ ਕੀਤਾ ਹਾਂ ਵੀ ਮੈਂ ਆਪਣੇ ਹਸਮ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਨਹੀਂ ਰਹਿਣ ਦੇ ਰਹਿਣ ਦੇ ਕੁਝ ਨਹੀਂ ਕਰਨਾ ਇਦਾਂ ਦਾ ਪਰ ਐਂ ਅਭੀ ਅੰਦਰੋਂ ਇੱਕ ਪਤਾ ਨਹੀਂ ਇੱਕ ਜਦੋਂ ਅਸੀਂ 8ਵੀਂ 9ਵੀਂ ਚ ਮੈਂ ਪੜ੍ਹਦੀ ਹੁੰਦੀ ਸੀ ਤੇ ਅੰਦਰੋਂ ਇੱਕ ਜਦੋਂ ਅਸੀਂ ਅਖਬਾਰਾਂ ਵੇਖਦੇ ਹੁੰਦੇ ਸੀ ਸਾਡੇ ਨਾਲ ਸ਼ਹਿਰ ਦੀਆਂ ਕੁੜੀਆਂ ਸੀਗੀਆਂ ਅਸੀਂ ਸ਼ਹਿਰ ਤੋਂ ਥੋੜਾ ਜਿਹਾ ਹਟ ਗਏ ਸੀਗੇ ਤੇ ਉਹ ਅਖਬਾਰਾਂ ਆਉਂਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਅਜੀਤ ਅਖਬਾਰ ਉਹਦੇ ਵਿੱਚ ਇੱਕ ਆਰਟੀਕਲ ਆ ਪੇਜ ਆਉਂਦਾ ਸੀਗਾ ਜ ਜਿਹਦੇ ਚ ਸਾਰੇ ਫਿਲਮੀ ਅੰਕ ਪੇਜ ਹੁੰਦੇ ਸੀਗਾ ਸਾਰੇ ਕਦੇ ਕਿਸੇ ਦੀ ਇੰਟਰਵਿਊ ਕਦੇ ਕਿਸੇ ਦਾ ਆਰਟੀਕਲ ਕਦੇ ਕਿਸ ਦਾ ਜਿਵੇਂ ਰੇਖਾ ਜੀ ਹੋਗੇ ਹਿਮਾ ਜੀ ਹੋਗੇ ਹੋਰ ਜਿੰਨੀਆਂ ਵੀ ਮਤਲਬ ਉਸ ਟਾਈਮ ਦੀ ਉਸ ਦੌਰ ਦੀਆਂ ਹਾਂ ਜੀ ਉਹਨਾਂ ਦਾ ਕੁਛ ਨਾ ਕੁਛ ਆਉਂਦਾ ਰਹਿੰਦਾ ਸੀ ਅਸੀਂ ਉਹ ਚੋਰੀ ਪੜਦੇ ਹੁੰਦੇ ਸੀ ਅੱਛਾ ਉਹਨੇ ਲਿਉਣਾ ਆਪਣੇ ਬੈਗ ਚ ਪਾ ਕੇ ਬਸਤੇ ਜੇ ਚ ਤੇ ਅਸੀਂ ਫਿਰ ਜਦੋਂ ਸਾਡੀ ਅੱਧੀ ਛੁੱਟੀ ਹੋਣੀ ਤੇ ਅਸੀਂ ਫਿਰ ਐ ਵੇਖ ਕੇ ਸੁਣਾ ਪਖਾਈ ਮੈਨੂੰ ਵਿਖਾਈ ਮੈਨੂੰ ਮਖਾਈ ਮੈਨੂੰ ਤੇ ਇਦਾਂ ਦਾ ਕਰਕੇ ਅਸੀਂ ਉਹ ਵੇਖਦੇ ਸੀ ਉਦੋਂ ਵੀ ਕੰਦਰ ਇੱਕ ਕ੍ਰੋਸਟਰੀ ਜੀ ਸੀ ਵੀ ਹਾਂ ਯਾਰ ਇਹ ਕਿੱਡੀਆਂ ਸੋਹਣੀਆਂ ਨੇ ਇਹ ਹਨਾ ਵਿਕਾਸ਼ ਮੈਂ ਵੀ ਇਦਾਂ ਹਾਂ ਮੇਰੇ ਵੀ ਇਦਾਂ ਅਨਕ ਲੱਗੀਆਂ ਹੁਣ ਮੈਂ ਵਾਲ ਕੁੱਲੇ ਛੱਡੇ ਹੁਣ ਕਾਲੀ ਗੱਡੀ ਚਾਹਮਾ ਜਾਮਾ ਇਦਾਂ ਦੇ ਸੁਪਨੇ ਜਿਸੀਂ ਲੈਂਦੇ ਹੁੰਦੇ ਸੀ ਕਿ ਪਰ ਉਹ ਫਿਰ ਜਦੋਂ ਥੋੜਾ ਜਿਹਾ ਸੁਰਤ ਜੀ ਸੈਂਬਲੀ ਜਿਵੇਂ 10ਵੀਂ 10ਵੀਂ ਚੋਂ ਕਿਤੇ ਫਿਰ ਆਏ ਵੀ ਸਾਡੇ ਸਾਹਸ ਕਿੱਥੇ ਕਰ ਸਕਦਾ ਇਹ ਤਾਂ ਪਤਾ ਨਹੀਂ ਦੁਨੀਆ ਕਿੱਥੇ ਹੈਗੀ ਹੈ ਬਿਲਕੁਲ ਹਨਾ ਤੇ ਕਿਸਮਤ ਨੇ ਤੁਹਾਨੂੰ ਉਹ ਮੌਕਾ ਦਿੱਤਾ ਮੌਕਾ ਦਿੱਤਾ ਮੈਨੂੰ ਕਿਸਮਤ ਨੇ ਤੇ ਉਹ ਫਿਰ ਮੈਂ ਮੈਨੂੰ ਥੋੜਾ ਜਿਹਾ ਗੁੰਗਰਾਨ ਦਾ ਵੀ ਹੁੰਦਾ ਸੀ ਉਸ ਟਾਈਮ ਤੇ ਮੈਨੂੰ ਫਿਰ ਮੇਰੇ ਭੈਣ ਜੀ ਨੇ ਕਿਹਾ ਵੀ ਤੁਸੀਂ ਤੂੰ ਆਪਣੀ ਮੰਮੀ ਨੂੰ ਬੁਲਾ ਕੇ ਲਿਆ ਮੈਂ ਮੌਕਾ ਜੇ ਵੇਖ ਕੇ ਕਰੇ ਗੱਲ ਕੀਤੀ ਤੇ ਬਲਕਿ ਉਹ ਗੁੱਸੇ ਹੋਣ ਲੱਗੇ ਮੇਰੇ ਮੰਮੀ ਹੂੰ ਹੂੰ ਅਸੀਂ ਬੀਬੀ ਕਹਿੰਦੇ ਆ ਬੀਬੀ ਗੁੱਸੇ ਲੱਗੇ ਕਹਿੰਦੀ ਆ ਕੰਜਰ ਵਾਲੇ ਕੰਮ ਹੀ ਕਰਨੇ ਹੋਰ ਕੋਈ ਕੰਮ ਤੇ ਚਲੋ ਮੈਂ ਫਿਰ ਜਾ ਕੇ ਦੱਸਿਆ ਮੈਂ ਕਿ ਨਹੀਂ ਸਾਡੀ ਕਰਦੀ ਨਹੀਂ ਮੰਨਦੀ ਕੀ ਹੂੰ ਤੇ ਚਲੋ ਗੱਲ ਗਈ ਆ ਤੋਂ ਮੇਰੇ ਬੀਬੀ ਕਹਿੰਨ ਲੱਗੇ ਤੇਰਾ ਵਿਆਹ ਕਰਦੇ ਨੇ ਆਪਦੇ ਘਰ ਜੋ ਮਰਜ਼ੀ ਕਰ ਹੂੰ ਤੇ ਜਦੋਂ ਵਿਆਹ ਕਰਤਾ ਤੇ ਘਰ ਵਾਲੇ ਕਹਿੰਦੇ ਚੁੱਪ ਕਰਕੇ ਰੋਟੀਆਂ ਬਕਾ ਲੈ ਇੱਥੇ ਇਹੋ ਜਿਹਾ ਨਾ ਨਾ ਲੈ ਜੀ ਮਤਲਬ ਇਦਾਂ ਦੀ ਸੀਗੀ ਹਨਾ ਸਾਡੇ ਉਹ ਜਦੋਂ ਵਿਆਹ ਵੀ ਹੋ ਗਿਆ ਵਿਆਹ ਵੀ ਛੋਟੀ ਉਮਰ ਚ ਹੋ ਗਿਆ 21-22 ਸਾਲ ਦਾ ਜਦੋਂ ਅਸੀਂ ਮੈਂ ਫਿਰ ਆਪਣੇ ਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਨਾ ਗਾਉਣ ਦਾ ਬੜਾ ਸ਼ੌਂਕ ਹੈ ਤੇ ਮੈਨੂੰ ਕਿਥੋਂ ਕੋਚਿੰਗ ਦਵਾ ਦੂੰ ਹੂੰ ਕਿਸੇ ਕੋਲ ਲਾ ਦੂੰ ਉਹ ਕਦੇ ਰਹਿਣ ਦੇ ਮੈਨੂੰ ਤਾਂ ਕਹਿਤਾ ਹੋਰ ਨਾ ਕਿਸੇ ਨੂੰ ਕਹੀ। ਅੱਛਾ। ਵੀ ਆਪਾਂ ਰੈਡੀ ਕਰੋ ਕੱਢ ਦੇਣਗੇ। ਹਾਂ। ਮੇਰੇ ਫਾਦਰ ਲਾ ਮੈਂ ਵੀ ਚੁੱਪ ਕਰ ਗਈ। ਫਿਰ ਮੈਨੂੰ ਅੰਦਰੋਂ ਮੈਂ ਤੁਖਦੀ ਰਹਿੰਦੀ ਸੀ ਕਿ ਯਾਰ ਕੀ ਹੈ ਮੇਰੀ ਲਾਈਫ ਤਾਂ ਭਾਂਡੇ ਮੰਜ ਨਾਲ ਹੀ ਰਹੀ। ਭਾਂਡੇ ਮਾਜਲੇ ਰੋਟੀ ਪਕਾ ਲਈ, ਕੱਪੜੇ ਧੋਲੇ ਹੋਰ ਤਾਂ ਕੁਝ ਹੈ ਹੀ ਨਹੀਂ ਐ। ਹੂੰ ਹੂੰ ਹੂੰ। ਵੀ ਮੈਨੂੰ ਇਹੀ ਰਹਿ ਗਿਆ ਹਨਾ ਮੇਰੇ ਵਾਸਤੇ। ਫਿਰ ਉਹ ਅੰਦਰ ਤੁਖਦਾ 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 ਤੁਖਦਾ। ਫਿਰ ਅਸੀਂ 95 'ਚ ਮੈਂ ਅਚਾਨਕ ਵੈਸੇ ਇੱਥੇ ਮੂਵ ਕਰ ਲਿਆ। ਕarde khu ਥੋੜੀ ਜਿਹੀਆਂ ਗੱਲਾਂ ਬਤਾ ਇਦਾਂ ਨਹੀਂ ਹੋ ਗਈਆਂ ਤੇ ਮੇਰੇ ਵੱਡੇ ਸਿਸਟਰ ਬ੍ਰਦਰ ਇੱਥੇ ਰਹਿੰਦੇ ਮਾਲੀ ਜੀ ਜੀ ਮੈਂ ਉਹਨਾਂ ਕੋਲ ਆ ਗਈ ਉਹਨਾਂ ਕੋਲ ਆ ਕੇ ਤੇ ਫਿਰ ਚੱਲ ਉਹ ਉਹ ਭੁੱਲ ਗਈ ਵੀ ਮੈਂ ਕੁਝ ਕਰਨਾ ਕੁਝ ਬੰਨਣਾ ਕੁਝ ਐਕਟਰ ਆ ਇਹ ਤਾਂ ਭੁੱਲ ਭਲੀ ਗਈ ਆਪਣੀ ਬੱਚੇ ਆ ਆਪਣੀ ਗ੍ਰਸਤੀ ਚ ਖੁੱਬ ਗਏ ਹਨਾ ਸੋਚੇ ਹੀ ਨਹੀਂ ਉਹ ਤਾਂ ਅਚਾਨਕ ਹੋ ਗਿਆ ਉਸ ਸ਼ੂਟ ਦੇ ਉੱਤੇ ਫੇਰ ਤੁਹਾਨੂੰ ਸ਼ੂਟ ਤੇ ਗਈ ਫਿਰ ਉਹ ਕੀੜਾ ਜਾ ਗਿਆ ਅੱਛਾ ਫਿਰ ਜਦੋਂ ਤੁਸੀਂ ਉਹ ਛੋਟੇ ਵਾਲਾ ਕੈਰੈਕਟਰ ਕੀਤਾ ਮਤਲਬ ਤੁਸੀਂ ਮੇਨ ਜਿਹੜਾ ਉਹ ਤੁਹਾਨੂੰ ਆਫਰ ਕਰ ਰਹੇ ਸੀ ਉਹ ਤਾਂ ਨਹੀਂ ਕੀਤਾ ਪਰ ਜਦੋਂ ਛੋਟਾ ਕੈਰੈਕਟਰ ਕੀਤਾ ਉਦੋਂ ਹਸਬੰਦ ਨਾਲ ਗੱਲ ਹੋ ਚੁੱਕੀ ਸੀਗੀ ਨਾ ਜੀ ਨਾ ਚੋਰੀ ਗਈ ਸੀ ਇਦਾਂ ਹੀ ਕਰ ਲਿਆ ਚੋਰੀ ਕਰ ਲਿਆ ਚੋਰੀ ਕਰ ਲਿਆ ਇੱਥੇ ਸੀ ਮਤਲਬ ਖਰੜ ਦੇ ਕੋਲੇ ਹੀ ਕਿਤੇ ਹੋਊ ਸ਼ੂਟ ਚੱਲਦਾ ਸੀਗਾ ਤੇ ਉਹ ਦੱਸਿਆ ਵੀ ਨਹੀਂ ਇਹਨਾਂ ਨੂੰ ਫਿਰ ਮੈਂ ਉਹ ਕੀਤਾ ਮਤਲਬ ਸਵੇਰੇ ਮੈਂ ਮੇਰੀ ਬੇਟੀ ਸੀ ਮੇਰੇ ਕੋਲੇ ਜੀ ਮਤਲਬ ਸਾਲ ਡੇਢ ਕੇ ਸਾਲ ਦੀ ਫਿਰ ਮੈਂ ਉਹਨੂੰ ਨਾਲ ਹੀ ਲੈ ਗਈ ਸੀ ਤੇ ਫਿਰ ਉਹ ਮੈਂ ਕੀਤਾ ਛੋਟਾ ਜਈਓ ਤਾਂ ਖੜੀ ਹੋਈ ਦੇਦੀ ਅੱਛਾ ਅੱਛਾ ਮਾਸ ਅੱਛਾ ਉਹ ਵੀ ਐ ਸੋਚ ਕੇ ਕੀਤਾ ਹੁਣ ਉਹ ਵੀ ਨੋਟਿਸ ਨਾ ਹੋ ਜੇ ਨਹੀਂ 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 ਉਹ ਤਾਂ ਮੈਂ ਨੋਟਿਸ ਲਈ ਸੀ ਹਾਂ ਉਹ ਤਾਂ ਮੈਂ ਤਾਂ ਮੂਰੇ ਆਂਟੀ ਦੇ ਨਾਲ ਮੈਂ ਖੜੀ ਆਂ ਬੜੀ ਟਾਲ ਨਾਲ ਤੇ ਫਿਰ ਉਹ ਕਦੋਂ ਦੇਖਿਆ ਕਿਸੇ ਨੇ ਜਾਂ ਫਿਰ ਅੱਗੇ ਕਹਾਣੀ ਉਹ ਫਿਲਮ ਮੈਂ ਇੰਨੀ ਆਈ ਨਹੀਂ ਕਿਉਂਕਿ ਸਾਡੇ ਲੋਕ ਜਿਆਦਾ ਫਿਲਮਾਂ ਦੇਖਦੇ ਹੀ ਨਹੀਂ ਹੈ ਹੂੰ ਹੂੰ ਹਾਂ ਤੇ ਮੇਰੀ ਫੈਮਿਲੀ ਚ ਕੋਈ ਜਿਆਦਾ ਫਿਲਮਾਂ ਨਹੀਂ ਦੇਖਦਾ ਤੇ ਉਹ ਫਿਲਮ ਆਈ ਹੈ ਤੇ ਚਲੀ ਗਈ ਮਤਲਬ ਜਿਆਦਾ ਚੱਲੀ ਵੀ ਨਹੀਂ ਇਹ ਫਿਲਮ ਨਾ ਚੱਲੀ ਨਹੀਂ ਆ ਕਿਸ ਨੇ ਦੇਖੀ ਵੀ ਨਹੀਂ ਨੋਟਿਸ ਵੀ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਮੈਂ ਦੋ ਤਿੰਨ ਵਾਰੀ ਚੋਰੀ ਗਈਆਂ ਅੱਛਾ ਹਾਂ ਤੁਸੀਂ ਫਿਰ ਵੀ ਹੁਣ ਤੁਸੀਂ ਕੰਟੀਨਿਊ ਰੱਖੋ ਇਟਸ ਰੀਅਲੀ ਇੰਟਰਸਟਿੰਗ ਮੈਂ ਉਹ ਜਾਨਣਾ ਚਾਹੁੰਦਾ ਕਿ ਕਦੋਂ ਜਾ ਕੇ ਉਹ ਚੀਜ਼ ਫਿਰ ਰੀਵੀਲ ਹੋਣੀ ਸ਼ੁਰੂ ਉਦਾਂ ਮੇਰੇ ਸਮ ਨੂੰ ਥੋੜਾ ਜਿਹਾ ਪਤਾ ਸੀਗਾ ਪਰ ਉਹ ਮਨਾ ਕਰਦੇ ਸੀ ਮੈਂ ਨਹੀਂ ਜਾਣਾ ਤੂੰ ਬੱਚੇ ਵੀ ਛੋਟੇ ਸੀ ਫਿਰ ਹੌਲੀ ਹੌਲੀ ਪਤਾ ਲੱਗਣ ਲੱਗਿਆ ਹੋਣਾ ਵੀ ਹਾਂ ਫਿਰ ਇੱਕ ਵਾਰ ਮੈਂ ਫਿਰ ਚੋਰੀ ਗਈਆਂ ਜਿੱਥੋਂ ਫਿਰ ਮੈਨੂੰ ਬਹੁਤ ਜ਼ਿਆਦਾ ਮੇਰੇ ਘਰ ਚ ਪੰਗਾ ਪੰਗਾ ਵੀ ਪੈ ਗਿਆ ਸੀਗਾ ਅੱਛਾ ਦਾ ਦਾ ਹਾ ਦੱਸ ਦੋ ਤੁਹਾਡੀ ਸੁਣਨ ਲਈ ਬੈਠੇ ਆ ਇੱਥੇ ਮੈਂ ਵੀ ਸਾਈਟ ਉਹ ਇਦਾਂ ਸੀ ਕਿ ਮੈਂ ਮੇਰੇ ਬੇਟੀ ਸੀ ਛੋਟੀ ਜੀ ਦੇ 1.5 ਸਾਲ ਦੀ ਉਹਨੂੰ ਮੈਂ ਇੱਥੇ ਕਿਸੇ ਕੋਲੇ ਛੱਡ ਤਾ ਕਰੈਚੇ ਚ ਤੇ ਮੈਨੂੰ ਜਿਹੜਾ ਜਿਨ੍ਹਾਂ ਨੇ ਮੈਨੂੰ ਕਿਹਾ ਉਹ ਚ ਵੀ ਛੋਟਾ ਜਿਹਾ ਹੀ ਸੀ ਦੋ ਕਿਸੀਨ ਸੀ ਫਿਲਮ ਚ ਠੀਕ ਹੈ ਹਨਾ ਤੇ ਹੁਣ ਅੰਦਰੋਂ ਇੱਕ ਅੱਗ ਸੀ ਵੀ ਇਹ ਫਿਲਮ ਕੁਝ ਕਰਨਾ ਕੁਝ ਕਰਨਾ ਕੁਝ ਕਰਨਾ ਹਨਾ ਤੇ ਉਦੋਂ ਫਿਲਮਾਂ ਵੀ ਨਹੀਂ ਸੀ ਬਣਦੀਆਂ ਇਹ ਮੇਰੇ ਖਿਆਲ ਇਹ ਇਹ ਜਿਹੜੀ ਫਿਲਮ ਦੀ ਗੱਲ ਕਰ ਰਹੀਆਂ ਇਹ ਮੈਂ ਮੇਰੇ ਖਿਆਲ 98 ਦੀ ਗੱਲ ਆ ਅੱਛਾ ਹਨਾ ਹਾਂ ਉਦੋਂ ਇੱਕ ਵਾਰੀ ਥੋੜਾ ਪੰਜਾਬੀ ਸਿਨੇਮਾ ਠੰਡਾ ਪੈ ਗਿਆ ਸੀ ਹਾਂ ਠੰਡਾ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਬਣਦੀਆਂ ਨਹੀਂ ਸੀਗਾ ਕੋਈ ਸਾਲ ਚ ਇੱਕ ਅੱਧੀ ਬਣਦੀ ਸੀ ਕਿ ਦੁੱਕੀ ਜੀ ਹਨਾ ਤੇ ਉਹ 98 ਦੇ ਚ ਕੋਈ ਇੱਕ ਫਿਲਮ ਬਣ ਰਹੀ ਸੀਗੀ ਤੇ ਉਹਦੇ ਵਿੱਚ ਇੱਕ ਕਰੈਕਟਰ ਸੀਗਾ ਹੀਰੋਨ ਦੀ ਮਦਰ ਦਾ ਤੇ ਮੈਨੂੰ ਉਹ ਕਹਿੰਦੇ ਵੀ ਤੁਸੀਂ ਆ ਜਾਓ ਤੁਸੀਂ ਚਾਹੀਦੇ ਹੈਗੇ ਆ ਮਤਲਬ ਇਹ ਏਜ ਗਰੁੱਪ ਜੀ ਚਾਹੀਦੀ ਹੈ ਹਨਾ ਤੇ ਚਲੇਗੀ ਮੈਂ ਮੈਂ ਕਹਿੰਦੇ ਜੀ ਆ ਨਵਾਂ ਸ਼ਹਿਰ ਹੈਗਾ ਤੇ ਨਵੇਂ ਸ਼ਹਿਰ ਤੇ ਜਾ ਕੇ ਤੇ ਇੱਕ ਹੀ ਸੀ ਨਾ ਦੋ ਸੀ ਨਾ ਛੋਟੇ ਛੋਟੇ ਦੋ ਸੀ ਤੇ ਬਹੁਤ ਬੜੀ ਛੇਤੀ ਹੋ ਜਾਨੇ ਤੇ ਤੁਸੀਂ ਵਾਪਸ ਆ ਜਾਓ ਓਕੇ ਮੈਂ ਕੀ ਕੀਤਾ ਮੈਂ ਕਿਹਾ ਤੇ ਬੇਟੀ ਕਹਿੰਦੇ ਜੀ ਬੇਟੀ ਨੂੰ ਮੇਥੋਂ ਛੱਡ ਦਿਓ ਕਿਸੇ ਕੋਲ ਹਮ ਹੁਣ ਵੈਸੇ ਤਾਂ ਮੇਰੇ ਸਿਸਟਰ ਵੀ ਇਹ ਦੂਜੀ ਗਲੀ ਚ ਰਹਿੰਦੇ ਸੀ ਪਰ ਉਹਨਾਂ ਨੇ ਨਹੀਂ ਰੱਖਿਆ ਮੇਰੀ ਬੱਚੀ ਨੂੰ ਫਿਰ ਮੈਂ ਨਾਲ ਕਰਾਚੀ ਚ ਛੱਡ ਕੇ ਜਾਂਦੀ ਹੁੰਦੀ ਸੀ ਓਕੇ ਮੈਂ ਉਹਨਾਂ ਕੋਲੇ ਛੱਡਤਾ ਉਹ ਮੇਰੇ ਉਹ ਉਹ ਸ਼ਿਫਟ ਹੋ ਗਏ ਸੀਗੇ ਸੱਤ ਫੇਸ ਚ ਕਿਤੇ ਹੋਰ ਮਤਲਬ ਮੈਂ ਨੌਂ ਚ ਸੀ ਉਹ ਸੱਤ ਚ ਸੀ ਮੈਂ ਉੱਥੇ ਚੱਲੀ ਮੈਂ ਕਿਹਾ ਤੁਸੀਂ ਇਹਨਾਂ ਨੂੰ ਸੰਭਲੋ ਤੇ ਮੈਂ ਸ਼ਾਮੀ ਆ ਜਾਊਂਗੀ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਭਈ ਉਹ ਕੀ ਹੋਇਆ ਹੁਣ ਨਵੇਂ ਸ਼ਹਿਰ ਹਾਂ ਨਵੇਂ ਸ਼ਹਿਰ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਦੇ ਗਈ ਹੋਈ ਨਹੀਂ ਕਿਤੇ ਮੈਨੂੰ ਪਤਾ ਹੀ ਨਹੀਂ ਵੀ ਨਵਾਂ ਸ਼ਹਿਰ ਹੈ ਕਿੱਥੇ ਅੱਛਾ ਕਿਉਂਕਿ ਮੈਂ ਕਦੇ ਘਰੋਂ ਨਹੀਂ ਕਲੀ ਨਹੀਂ ਸੀ ਜੀ ਕੱਲੀ ਤਾਂ ਮੈਂ ਕਦੇ ਕਿਤੇ ਗਈ ਹੁ ਨਹੀਂ ਸੀਗੀ ਹਨਾ ਤੇ ਮੈਨੂੰ ਪਤਾ ਵੀ ਨਹੀਂ ਮੈਂ ਕਿਹਾ ਵੀ ਪਰ ਇਹ ਹੁੰਦਾ ਵੀ ਹੌਸਲਾ ਜਿਆ ਬੜਾ ਸੀਗਾ ਹੂੰ ਤੇ ਮੈਂ ਇੱਕ ਫਿਰ ਕਹਿੰਦੇ ਜੀ ਕਿ ਹੋਰ ਫਲਾਨੇ ਐਕਟਰ ਨੇ ਜਾਣਾ ਹੈ ਵੀ ਤੁਸੀਂ ਉਹਨਾਂ ਨਾਲ ਆਜੋ ਤੇ ਉਹਨਾਂ ਦੇ ਓਪੋਜੀਟ ਹੀ ਆ ਤੁਹਾਡਾ ਇਹ ਅੱਛਾ ਡਾਕਟਰ ਸਾਹਬ ਸਿੰਘ ਹੈਗੇ ਨੇ ਇੱਕ ਜੀ ਥੀਏਟਰ ਦੇ ਬੜੇ ਮੰਜੇ ਹੋਏ ਬੜੇ ਵੱਡਿਆ ਨਾਂ ਉਹਨਾਂ ਦਾ ਹਨਾ ਤੇ ਉਹ ਵੀ ਉਹਨਾਂ ਦੇ ਨਾਲ ਹੈਗਾ ਉਹਨਾਂ ਦੇ ਓਪੋਜੀਟ ਹੈਗਾ ਤੇ ਉਹਨਾਂ ਨੇ ਵੀ ਨਾਲ ਹੀ ਆਜੋ ਨਾ ਤੁਸੀਂ ਨਾਲ ਹੀ ਆਜੋ ਮੈਂ ਕਿਹਾ ਚਲੋ ਠੀਕ ਹੈ ਮੈਂ ਚਲੇ ਗਈ ਜੀ ਮੈਂ ਉਹਨਾਂ ਨੂੰ ਦੱਸਤਾ ਮੈਂ ਕਿਹਾ ਵੀ ਇਦਾਂ ਕਰਕੇ ਮੇਰੇ ਵੀ ਉਹਨਾਂ ਨਹੀਂ ਫੋਨ ਤਾਂ ਹੈ ਨਹੀਂ ਸੀ ਸੱਚ ਸਾਡੇ ਕੋਲੇ ਕੋਈ ਉਹ ਵੀ ਨਹੀਂ ਸੀ ਲਾਈਨ ਵੀ ਨਹੀਂ ਸੀਗੇ ਪਰ ਇੱਕ ਮੈਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਕਹਿਤਾ ਤੇ ਉਹ ਕਹਿੰਦੇ ਵੀ 8 ਵਜੇ ਪਹੁੰਚ ਜਾਓ ਬੱਸ ਸਟੈਂਡ ਮੈਂ 8 ਵਜੇ ਬੱਸ ਸਟੈਂਡ ਤੇ ਪਹੁੰਚ ਗਈ ਭਾਈ ਜਦੋਂ ਅਸੀਂ ਗਏ ਅਸੀਂ ਨਵਾਂ ਸ਼ਹਿਰ ਚਲੇ ਗਏ ਉਹ ਦਿਨ ਸ਼ੂਟ ਹੀ ਨਹੀਂ ਹੋਇਆ ਓਹੋ ਸਾਰਾ ਦਿਨ ਬੈਠੇ ਰਹੇ ਸ਼ੂਟ ਨਹੀਂ ਹੋਇਆ ਦੂਸਰੇ ਦਿਨ ਉਸੇ ਦਿਨ ਰਾਤ ਨੂੰ ਮੈਂ ਬਿਮਾਰ ਹੋ ਗਈ अच्छा मेनू फूड पॉइजन हो गया नहीं, नहीं, अच्छा ਤੁਸੀਂ ਉੱਥੋਂ ਵਾਪਸ ਆ ਗਏ ਨਹੀਂ ਨਹੀਂ ਮੈਂ ਉੱਥੇ ਸੀ ਨਵੇਂ ਸ਼ਹਿਰੀ ਸੀ ਨਵੇਂ ਸ਼ਹਿਰੀ ਤੇ ਉੱਥੇ ਜਿਹੜੀ ਸਾਡੇ ਮੇਰੇ ਕੋਈ ਫਾਦਰਿੰਲਾ ਬਣੇ ਜੋਗਿੰਦਰ ਸਿੰਘ ਮੇਨਾ ਅੱਜ ਵੀ ਜਾਦਾ ਉਹ ਬੰਬੇ ਤੋਂ ਸੀਗੇ ਉਹਨਾਂ ਨੇ ਕਿਤੇ ਛੇਤੀ ਜਾਣਾ ਸੀ ਤੇ ਵੀ ਚਲ ਉਹਨਾਂ ਨੂੰ ਪਹਿਲਾਂ ਫ੍ਰੀ ਕਰੋ ਹੁਣ ਮੈਨੂੰ ਜਾਦਾ ਪਤਾ ਨਹੀਂ ਸੀ ਛੁੱਟੀਆਂ ਦਾ ਕਿਉਂਕਿ ਮੈਂ ਕਦੇ ਇੱਨਾ ਗਈ ਬਣੀ ਸੀ ਫਸਟ ਟਾਈਮ ਗਈਆਂ ਮੈਨੂੰ ਕਹਿੰਦੇ ਸ਼ਾਮ ਤੱਕ ਤੁਸੀਂ ਮਹਾਲੀ ਆ ਜਾਓਗੇ ਘਰ ਮੈਂ ਕਿਹਾ ਠੀਕ ਹੈ ਪਰ ਉੱਥੇ ਸ਼ਾਮ ਤੱਕ ਮੇਰਾ ਸੀ ਨਹੀਂ ਹੋਇਆ ਫਿਰ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਮੈਂ ਜਾਣਾ ਐ ਮੈਂ ਬੇਟੀ ਛੱਡ ਕੇ ਆਈ ਆ ਮੈਂ ਜਾਣਾ ਮੈਂ ਜਾਣਾ ਕਹਿੰਦੇ ਹੋਣਾ ਕਿਵੇਂ ਜਾਉਂਗੇ ਕੰਮ ਕੀਤੇ ਬਿਨਾ ਕਿਵੇਂ ਜਾਉਂਗੇ ਇਹ ਇੱਥੇ ਤਾਂ ਇਦਾਂ ਹੀ ਹੁੰਦਾ ਹੁੰਦਾ ਹੈ ਤਾਂ ਕਰਨਾ ਪੈਣਾ ਤੇ ਮੈਨੂੰ ਹੁਣ ਇੰਨੀ ਅਕਲ ਨਹੀਂ ਸੀ ਵੀ ਮੈਂ ਚੱਕਾ ਮਤਲਬ ਆਪਣਾ ਬੈਗ ਤੇ ਮੈਂ ਬਸ ਤੇ ਆ ਜਾ ਮੈਨੂੰ ਬਸ ਵੀ ਨਹੀਂ ਪਤਾ ਸੀ ਮਤਲਬ ਮੈਨੂੰ ਇੰਨਾ ਹੌਸਲਾ ਨਹੀਂ ਸੀ ਵੀ ਬਸ ਤੇ ਮੈਂ ਕੱਲੀ ਆ ਜਾ ਮੈਂ ਛੱਡ ਦਫਾ ਕਰ ਫਿਲਮ ਤੇ ਮੇਰੇ ਤਾਂ ਬੱਚੀ ਰੋਂਦੀ ਮੈਂ ਕੱਲੀ ਆ ਜਾ ਇੰਨਾ ਹੌਸਲਾ ਨਹੀਂ ਸੀ ਮੈਨੂੰ ਫਿਰ ਇਹ ਚ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਬਸ ਕਿੱਥੋਂ ਹੁੰਦਾ ਹੈ ਨਾ ਤੇ ਬੀਮੈ ਕਬੀਨੀ ਮੇ ਜਾਣਾ ਜਾਣਾ ਉਸੇ ਦਿਨ ਰਾਤ ਨੂੰ ਮੈਂ ਮੈਂ ਥੋੜੀ ਜਿਹੀ ਬਿਮਾਰ ਹੋ ਗਈ ਫਿਰ ਦੂਜੇ ਦਿਨ ਮੈਂ 10 11 ਵਜੇ ਉੱਠੀ ਆ ਫਿਰ ਮੈਂ ਕਿਹਾ ਮੈਂ ਜਾਣਾ ਨਹੀਂ ਨਹੀਂ ਹੁੰਦਾ ਇੱਕ ਸੀਨ ਆ ਉਹਨੂੰ ਤਾਂ ਕਰਕੇ ਜਾਉ ਹੁੰਦਾ ਸੀਨ ਆ ਕਰਕੇ ਜਾਉ ਐਟ ਅ ਟਾਈਮ ਇਹ ਕਿੱਥੋਂ ਐਕਟਰ ਲੈਣਗੇ ਇਹ ਤੁਸੀਂ ਇੱਥੇ ਆ ਕੇ ਜਾ ਰਹੇ ਹੋ ਵਾਪਸ ਆਇਆ ਥੋੜਾ ਹੁੰਦਾ ਹੁੰਦਾ ਜਿਹੜੇ ਮੈਨੂੰ ਲੈ ਕੇ ਗਏ ਸੀ ਫਿਰ ਫਿਰ ਉਸ ਦਿਨ ਵੀ ਸੀਨ ਨਹੀਂ ਹੋਇਆ ਓਹੋ ਉਸ ਦਿਨ ਵੀ ਜਦੋਂ ਮੇਕਅਪ ਕਰਾ ਕੇ ਬੈਠੇ 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 ਸੀ ਨਹੀਂ ਹੋਇਆ ਤੇ ਬੱਚੀ ਦੀ ਵੀ ਤੁਹਾਨੂੰ ਫਿਕਰ ਕਿਵੇਂ ਖਾ ਰਹੀ ਹੁੰਦੀ ਹੈ ਇਹ ਬਹੁਤ ਫਿਕਰ ਵਿੱਚ ਬੇਟੀ ਦੀ ਮੈਨੂੰ ਨਾ ਕੋਈ ਮੇਰੇ ਕੋ ਫੋਨ ਨੰਬਰ ਨਾ ਕੋਈ ਕੁਛ ਉਹਦਾ ਹੈ ਹੀ ਨਹੀਂ ਸੀਗਾ ਉਹਨਾਂ ਦੇ ਵੀ ਨਹੀਂ ਸੀਗਾ ਕੋਈ ਲੈਂਡਲਾਈਨ ਤੇ ਮੈਂ ਤਾਂ ਇੰਨਾ ਪਰੇਸ਼ਾਨ ਬੁਰਾ ਹਾਲ ਮੇਰਾ ਮੈਂ ਰੋਵਾ ਰੋਵਾ ਉਧਰ ਮੇਰੀ ਬੇਟੀ ਰੋ ਰੋ ਕੇ ਵਿਚਾਰੀ ਹੋਣੀ ਤੇ ਉਧਰ ਉਹ ਉਡੀਕ ਉਡੀਕ ਕੇ ਵੀ ਇਹ ਕੀ ਗੱਲ ਮੈਡਮ ਕਿੱਧਰ ਚਲੇ ਗਏ ਹੂੰ ਇਹ ਚੱਲ ਕੇ ਕਿੱਧਰ ਚਲੇ ਗਏ ਹਨ ਫਿਰ ਤੀਜਾ ਦਿਨ ਆ ਗਿਆ ਤੀਜੇ ਦਿਨ ਮੈਂ ਤਾਂ ਫਿਰ ਜਿਹੜੇ ਜਿਹੜੇ ਮੈਨੂੰ ਲੈ ਕੇ ਗਏ ਸੀ ਉਹ ਉਹਦੇ ਨਾਲ ਮਿਲਣਾ ਬਈ ਮੈਨੂੰ ਨਹੀਂ ਪਤਾ ਮੈਨੂੰ ਤਾਂ ਚੜਾ ਵਾਸਤੇ ਤੂੰ ਚੜਾ ਕੇ ਆ ਮੈਨੂੰ ਛੱਡ ਕੇ ਆ ਮੈਨੂੰ ਨਹੀਂ ਪਤਾ ਅੱਛਾ ਉਹ ਵੀ ਐਦਾਂ ਦਾ ਹੀ ਵੀ ਨਹੀਂ 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 ਐਦਾਂ ਨਹੀਂ ਐਦਾਂ ਨਹੀਂ ਬਸ ਹੁਣ ਹੋਣ ਵਾਲਾ ਹੁਣ ਸ਼ੀਨ ਹੋਣ ਵਾਲਾ ਬਸ ਥੋੜਾ ਜਿਹਾ ਰਹਿ ਗਿਆ ਹੁਣ ਆ ਹੋ ਗਿਆ ਹੁਣ ਕਲੋਜ਼ ਚੱਲੀ ਜਾਂਦੇ ਨੇ ਪਰ ਉਹ ਕਿੱਥੇ ਉਹ ਰਾਤ ਤੱਕ ਤੀਜੇ ਦਿਨ ਰਾਤ ਨੂੰ ਮੈਂ ਫ੍ਰੀ ਹੋਈ ਅੱਛਾ ਤੀਜੇ ਦਿਨ ਰਾਤੀ ਫ੍ਰੀ ਹੋਈ ਸ਼ਾਮੀ ਦੇ 6-7 ਵਜੇ ਫਿਰ ਇੱਥੋਂ ਇੱਕ ਹੈਗੇ ਨੇ ਐਕਟਰ ਜੀ ਡਾਕਟਰ ਰਣਜੀਤ ਰਿਆਸ ਹੈ ਨਾ ਉਹ 22 ਸੈਕਟਰ ਚ ਰਹਿੰਦੇ ਨੇ ਉਹ ਕਹਿੰਦੇ ਵੀ ਮੈਂ ਵੀ ਜਾਣਾ ਐ ਵੀ ਕੋਈ ਨਾ ਮੈਡਮ ਮੈਂ ਤੁਹਾਨੂੰ ਛੱਡ ਦੂੰਗਾ ਵੀ ਮੈਂ ਚੰਡੀਗੜ੍ਹ ਜਾਣਾ ਐ ਹੂੰ ਤੇ ਉਹਨਾਂ ਨੇ ਭਾਈ ਮੈਨੂੰ ਫਿਰ ਅਸੀਂ ਦੋਨੇ ਆ ਗਏ ਜੀ ਉਧਰੋਂ ਜਿਹੜੀ ਉਹ ਲੇਡੀ ਸੀ ਮੈਂ ਆਪਣੀ ਬੇਬੀ ਛੱਡੀ ਹੋਈ ਸੀ ਉਹਨਾਂ ਨੇ ਮੈਂ ਉਹਨਾਂ ਨੂੰ ਇਹ ਪਤਾ ਸੀ ਵੀ ਇਹ ਮੈਡਮ ਦੇ ਰਿਸ਼ਤੇਦਾਰ ਵੀ ਇੱਥੇ ਅਭੀ ਇਹਨਾਂ ਦੇ ਕੋਈ ਰਿਲੇਟਿਵ ਇੱਥੇ ਹੈਗੇ ਨੇ ਉਹਨਾਂ ਨੇ ਮੇਰੇ ਮੇਰਾ ਉੱਤੇ ਪਾਰਲਰ ਹੁੰਦਾ ਸੀ ਉਹਦੇ ਕੋਲੇ ਆ ਕੇ ਪੁੱਛਿਆ ਵੀ ਇਹਨਾਂ ਦੇ ਕੋਈ ਹੋਰ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ ਕਹਿੰਦੇ ਵੀ ਐਸ ਗਲੀ ਚ ਅੱਗੇ ਜਾ ਕੇ ਇਹਨਾਂ ਦੇ ਵੱਡੇ ਸਿਸਟਰ ਰਹਿੰਦੇ ਨੇ ਹੂੰ ਕਹਿੰਦੇ ਉਹ ਫਿਰ ਮੇਰੇ ਬੇਬੀ ਨੂੰ ਲਿਆ ਕੇ ਉੱਥੇ ਛੱਡ ਗਏ ਅੱਛਾ ਕਹਿੰਦੇ ਜੀ ਆ ਤੁਹਾਡੀ ਬੇਬੀ ਆ ਮਤਲਬ ਉਹ ਤੁਹਾਡੀ ਭੈਣ ਦੀ ਕੁੜੀ ਆ ਇਹ ਬੱਚੀ ਤੇ ਉਹ ਤੁਹਾਡੇ ਭੈਣ ਤਾਂ ਪਤਾ ਨਹੀਂ ਕਿੱਥੇ ਚਲੀ ਗਈ ਆਈ ਨਹੀਂ ਹੂੰ ਸਾਡੇ ਘਰ ਚ ਤਾਂ ਪਸਾਦ ਪੈ ਗਿਆ ਹੂੰ ਉਹ ਕਹਿੰਦੇ ਵੀ ਕਿੱਥੇ ਚਲੀ ਗਈ ਵੀ ਸਾਨੂੰ ਵੀ ਨਹੀਂ ਦੱਸ ਕੇ ਗਈ ਅੱਛਾ ਮੇਰਾ ਨਿਤਨੇਮ ਸੱਤੀ ਆ ओके। ਬਈ ਕਿੱਥੇ ਸਾਨੂੰ ਦੱਸ ਕੇ ਨਹੀਂ ਗਈ ਇਹ। ਜੀ। ਸਿੰਧ ਨੂੰ ਗਈ ਗਈ ਨੂੰ ਕਹਿੰਦੇ ਹਾਂ ਤਿੰਨ ਦਿਨ ਹੋ ਕੇ। ਅੱਛਾ ਉਹਨਾਂ ਨੇ ਕੀ ਕੀਤਾ ਲੈਂਦਿਆ ਦਿੰਦਿਆ ਨੇ ਮੋਗੇ ਫੋਨ ਕਰਤਾ ਮੇਰੇ ਸਮਣ ਮੋਗੇ ਰਹਿੰਦੇ ਸੀ। ਅਸੀਂ ਮੈਂ ਮੋਗੇ ਤੋਂ ਆ। ਜੀ। ਉਹਨਾਂ ਜਾ ਕੇ ਮੋਗੇ ਫੋਨ ਕਰਤਾ। ਹੂੰ। ਵੀ ਉਹ ਤਾਂ ਪਤਾ ਨਹੀਂ ਤਿੰਨ ਦਿਨ ਹੋ ਗਏ ਕਿੱਥੇ ਚਲੀ ਗਈ ਉਹ। ਹੂੰ। ਤੇ ਆ ਕੁੜੀ ਛੱਡ ਗਈ ਕਿਸੇ ਕੋਲੇ। ਤੇ ਉਹ ਕੁੜੀ ਸਾਨੂੰ ਫੜਾ ਕੇ ਤੇ ਕੁੜੀ ਤਾਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਇਹ ਤਾਂ ਕੁਝ ਖਾਂਦੀ ਨਹੀਂ ਪਿੰਦੀ ਨਹੀਂ। ਇਹ ਤਾਂ ਮਰਨ ਵਾਲੀ ਹੋਈ ਪਈ ਇਹ ਕੁੜੀ ਤਾਂ। अच्छा वे भाई तू मेरे सपन ਦਾ ਨਾ ਤਰਸ਼ੇਵਾ ਵੀ ਤੂੰ ਆ ਤੇ ਇਹਨੂੰ ਦੇਖ ਉਹ ਹੈ ਟਾ ਟਾਈਮ ਉਥੋਂ ਭੱਜੇ ਮੇਰਾ ਦੇਵਰ ਤੇ ਮੇਰੇ ਸਪਨ ਹੂੰ ਉਹ ਆਇਆ ਕਿ ਉਹਨਾਂ ਨੇ ਆ ਮਤਲਬ ਉਹਨੂੰ ਦਲੇ ਘਲੇ ਲਾਇਆ ਵਿਚਾਰੀ ਉਹ ਰੋ ਰੋ ਕੇ ਉਹਨੂੰ ਬੁਖਾਰ ਵੀ ਚੜ ਗਿਆ ਕੁੜੀ ਨੂੰ ਫਿਰ ਮੇਰੇ ਸਪਨ ਇੰਨ ਮੈਂ ਆ ਗਈ 11 ਵਜੇ ਜਦੋਂ ਰਾਤ ਨੂੰ 11 ਵਜੇ ਮੈਂ ਗਈ ਮੈਨੂੰ ਬੱਸ ਸਟੈਂਡ 9 ਫੇਸ ਦੇ ਬੱਸ બસ স্ট্যান্ড ਤੇ ਬਾਸ ਸੁਤਰੀ ਰੁਕੀ ਉੱਥੇ ਤੇ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਮੈਂ ਛੱਡਿਉਣਾ ਤੁਹਾਨੂੰ ਉੱਥੇ ਘਰ ਕਿੱਥੇ ਦਾ ਘਰ ਮੈਂ ਕਿਹਾ ਵਿੱਚੋਂ ਨਿਕਲ ਕੇ ਜਾਣਾ ਸਾਡਾ ਕਹਿੰਦੇ ਮੈਂ ਛੱਡ ਰਾਂ ਮੈਂ ਕਿਹਾ ਨਹੀਂ ਨਹੀਂ ਮੈਂ ਕਰ ਨਹੀਂ ਨਾ ਮੇਰੇ ਅੰਦਰ ਉਹਦਾ ਦਿਲ ਜਿਹੜਾ ਡਰਦਾ ਸੀ ਮੈਂ ਕਿਹਾ ਜੇ ਮੈਂ ਛੱਡਣ ਚਲੇ ਗਏ ਤੇ ਮੈਂ ਕਿਹਾ ਮੇਰੇ ਘਰ ਦੇ ਨੇ ਮੇਰੇ ਸਿਸਟਰ ਨੇ ਕਹਣਾ ਵੀ ਤੂੰ ਇਹਦੇ ਨਾਲ ਕਿਤੇ ਚੱਗ ਗਈ ਹੋਵੇਂਗੀ ਤੂੰ ਹੂੰ ਹੂੰ ਹਣਾ ਬੀ ਉਹ ਤੂੰ ਤੇਨ ਦਿਨ ਇਹਦਾ ਨਾ ਕਿਤੇ ਤੱਕ ਕੰਦੀ ਹੋਏਗੀ ਤੂੰ ਚੈਟਮੈਂਟ ਤੇ ਫਟਾਫਟ ਪਾਸ ਹੋ ਜਾਂਦੀ ਹੈ ਹਾਂ ਤੇ ਮੈਂ ਵੀ ਨਹੀਂ ਮੈਂ ਵੀ ਭਾਜੀ ਨਹੀਂ ਤੁਸੀਂ ਜਾਓ ਮੈਂ ਚਲ ਜਾਂਗੀ ਕਹਿੰਦੇ ਰਾਤ ਨੂੰ ਤੁਸੀਂ ਇਕੱਲੇ ਜਾਉਗੇ ਝਾੜੀਆਂ ਦੇ ਵਿੱਚਾਂ ਦੇ ਵੀ ਵੀ ਮੇਰੇ ਵਾਸਤੇ ਮੈਨੂੰ ਚੰਗਾ ਨਹੀਂ ਲੱਗਦਾ ਵੀ ਇੱਕ ਔਰਤ ਇੱਕ ਕੋਈ ਐਦਾਂ ਜਾਵੇ ਵੀ ਨਹੀਂ ਗੱਲ ਤੁਸੀਂ ਐਦਾਂ ਨਾ ਸੋਚੋ ਤੁਸੀਂ ਮੇਰੇ ਪੈਣਾ ਵਰਗੇ ਤਾਂ ਮੈਂ ਤੁਹਾਨੂੰ ਛੱਡਾਂ ਨਾ ਮੈਂ ਕਿ ਨਹੀਂ ਨਹੀਂ ਭਾਜੀ ਤੁਸੀਂ ਜਾਓ ਜਾਓ ਮੈਂ ਚਲ ਜਾਈ ਨਹੀਂ ਮੈਂ ਤੁਸੀਂ ਜਾਓ ਕੋਈ ਨਾ ਮੈਂ ਅੰਦਰੋਂ ਦਿਲ ਡਰੇ ਮੇਰਾ ਵੀ ਇਹ ਝਾੜੀਆਂ ਚ ਮੈਂ ਇਕੱਲੀ ਨਿਕਲ ਕੇ ਜਾਵਾਂ ਅੱਧੇ ਕਿਲੋਮੀਟਰ ਦਾ ਰਸਤਾ ਸੀ ਉਹ ਰਸਤਾ ਬੜਾ ਖਰਾਬ ਜਿਹਾ ਸੀਗਾ ਤੇ ਮੈਂ ਕਿ ਵੀ ਮੈਂ ਵੀ ਵਿੱਚੋਂ ਮੈਂ ਨਾ ਜਾਵਾਂ ਕਿ ਹਾਈ ਮੈਨੂੰ ਤਾਂ ਡਰ ਲੱਗਦਾ ਮੈਨੂੰ ਰਾਤ ਦੇ 11 ਵਜੇ ਤੇ ਇੰਨੇ ਨੂੰ ਮੇਰੇ ਮੇਰਾ ਦੇਵਰ ਹੂੰ ਮੇਰਾ ਪਾਂਜਾ ਕਿਤੇ ਕਿਤੇ ਚੱਕਰ ਕੱਟਦੇ ਕੱਟਦੇ ਮੈਨੂੰ ਹੀ ਕਿਤੇ ਲੱਭਦੇ ਲੋਕ ਦੇ ਕਿਤੇ ਬੱਸ ਸਟੈਂਡ ਆਏ। ਅੱਛਾ। ਤੇ ਵੇਖੀ ਜਾ ਕੇ ਕਿਤੇ ਬੰਬਾਂ ਦਾ ਕਿਤੇ ਇੱਧਰ ਦਾ ਨਹੀਂ ਕਿਤੇ ਭਾਬੀ। ਹਾਂ। ਕਿ ਮੈਂ ਉਤਰੀ। ਫਿਰ ਮੇਰੇ ਹੋਰ ਮੇਰੇ ਹੋ ਗਿਆ ਬੀਲਾ ਇਹਨਾਂ ਨੇ ਮੈਨੂੰ ਇਹਦਾਂ ਵੇਖ ਲਿਆ। ਅੱਛਾ ਉੱਥੀ ਪਹੁੰਚ ਦੇਖ ਲਿਆ। ਹਾਂ ਉੱਥੀ ਦੇਖ ਲਿਆ। ਉਹ ਕਿ ਜਨ ਭਾਜੀ ਮੈਂ ਛੱਡ ਕੇ ਆਉਣਾ ਮੈਂ ਕਿਹਾ ਨੀ ਭਾਜੀ ਤੁਸੀਂ ਜਾਓ ਤੁਸੀਂ ਜਾਓ। ਫਿਰ ਮੈਂ ਬਈ ਉਹ ਸਿਚੁਏਸ਼ਨ ਪੜੀ ਜਾਂਦੀ ਸੀਗੀ। ਮੈਂ ਕੀ ਕਰ ਪਾ ਰਹਿਆ ਤੁਹਾਡੀ ਗੱਲ ਸੁਣਦੇ ਸੁਣਦੇ ਆਈ ਕੈਨ ਅੰਡਰਸਟੈਂਡ। ਫਿਰ ਮੈਂ ਉਹ ਫਿਰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਮੇਰੇ ਦੇਵਰ ਆ ਗਏ ਮੇਰਾ ਭਾਂਜਾ ਆ ਗਿਆ ਤੇ ਤੁਸੀਂ ਤੁਸੀਂ ਜਾਓ பாਜੀ ਕੋਈ ਗੱਲ ਨਹੀਂ ਹੁਣ ਮੈਂ ਇ ਆ ਗਿਆ ਮੇਰੇ ਰਿਸ਼ਤੇਦਾਰ ਸੱਚੀਏ ਤੁਹਾਡੇ ਰਿਸ਼ਤੇਦਾਰ ਮੈਂ ਕਿਹਾ ਹਾਂਜੀ ਹਾਂਜੀ பாਜੀ ਇਹ ਮੇਰਾ ਜਿਉਰਾਤ ਇਹ ਮੇਰਾ ਭਾਂਜਾ ਹੈ ਤੇ ਕਹਿੰਦੇ ਅੱਛਾ ਚੋ ਠੀਕ ਹੈ ਕਹਿੰਦੇ ਚਲੋ ਜੀ ਉਹ ਚਲੇ ਗਏ ਕਰਿਆ ਕੇ ਕਰਿਆ ਕੇ ਮੇਰੇ ਸੁਣ ਵੀ ਅੱਗੇ ਬੈਠੇ ਹਮ ਹਸਬੰਦ ਬੈਠੇ ਤੇ ਫਿਰ ਬਸ ਜੋ ਹੁੰਦਾ ਹੰਮ ਦਾ ਬਹੁਤ ਵੱਡਾ ਲੈਵਲ ਹੋਣਾ ਉਸ ਟਾਈਮ ਡਰਦੇ ਪਏ ਹੋਣੇ ਤੁਸੀਂ ਡਰ ਕੀ ਬੱਜੀਆਂ ਦਾੜ ਤਾੜ ਓਹੋ ਬੱਜੀਆਂ ਮਤਲਬ ਮੇਰੇ ਸਹੁਰੇ ਨੇ ਪੁੱਛਿਆ ਨਹੀਂ ਦਸਾਂ ਤਾੜ ਮਾਰੀ ਮੇਰੇ ਥੱਪੜ ਹੈ ਨਾ ਮੇਰੇ ਕੰਨ ਅੱਜ ਵੀ ਬੰਦ ਦੀਆਂ ਉਸ ਟਾਈਮ ਤੋਂ ਉਸ ਇਨਸੀਡੈਂਟ ਨੂੰ 20 ਸਾਲ ਹੋ ਗਏ 23 ਸਾਲ ਹੋ ਗਏ ਹੂੰ ਤੇ ਮਤਲਬ ਇਦਾਂ ਫੇਰਾ ਮੈਨੂੰ ਮੈਂ ਫਿਰ ਇਹਨਾਂ ਨੂੰ ਕਹਿੰਦੇ ਤੂੰ ਕਿੱਥੇ ਗਈ ਸੀ ਕਿੱਥੇ ਗਈ ਸੀ ਘਰ ਚ ਆ ਕੇ ਚਲੋ ਜੋ ਸਾਡੀ ਤੂ ਤੂ ਮੈ ਮੇ ਹੋਈ ਮੈਂ ਕਿਹਾ ਵੀ ਇਦਾਂ ਹੋ ਗਿਆ ਉੱਥੇ ਵੀ ਉਹ ਜਿਹੜਾ ਐਕਟਰ ਸੀਗਾ ਉਹ ਉਹਦੇ ਕੋਲੋਂ ਪਤਾ ਨਹੀਂ ਵੀ ਕੀ ਪ੍ਰੋਬਲਮ ਸੀਗੀ ਕੋਈ ਉਹਨਾਂ ਦੀ ਹਨਾ ਸੀਨ ਨਹੀਂ ਸੀ ਨਿਕਲਿਆ ਛੇਤੀ ਉਹਨੇ ਜਾਣਾ ਸੀ ਇਸ ਕਰਕੇ ਮੈਨੂੰ ਇਹ ਸੀ ਮੈਨੂੰ ਬੱਸਾਂ ਦਾ ਵੀ ਨਹੀਂ ਸੀ ਪਤਾ ਔਰ ਮੈਂ ਕਿਹਾ ਮੈਨੂੰ ਆ ਨਹੀਂ ਦਿੱਤਾ ਮੈਂ ਕੀ ਕਰਾਂ ਮੈਂ ਤਾਂ ਬਹੁਤ ਹੁੰਦੀ ਸੀ ਵੀ ਮੈਨੂੰ ਵੀ ਛੱਡ ਕੇ ਆਉ ਤੁਸੀਂ ਹਨਾ ਤੇ ਮੈਂ ਕਿਹਾ ਜੇ ਭਾਜੀ ਹਾਰੇ ਤੇ ਮੈਂ ਕਿਹਾ ਹੁਣ ਅਸੀਂ ਪਤਨਚਾਰ ਉਦੋਂ ਢਾਈ ਕਿੰਨੇ ਤਿੰਨ ਘੰਟੇ ਲੱਗ ਜਾਂਦੇ ਸੀਗੇ ਨਵੇਂ ਸ਼ਹਿਰ ਤੋਂ ਇੱਥੇ ਹੂੰ ਹੂੰ ਤੇ ਫਿਰ ਮੈਂ ਕਿਹਾ ਵੀਰੇ ਭਾਜੀ ਵਿਲੇ ਹੋਗੇ ਇਹਨਾਂ ਦਾ ਅੱਧੇ ਘੰਟੇ ਦਾ ਕੰਮ ਸੀਗਾ ਕੋਈ ਜੀ ਇਹ ਕਹਿੰਦੇ ਵੀ ਮੈਂ ਅੱਧੇ ਘੰਟੇ ਤੱਕ ਮੈਂ ਵਿਲੇ ਹਾਂ ਤੇ ਮੈਂ ਵੀ ਜਾਣਾ ਹੀ ਹੈ ਚੰਡੀਗੜ੍ਹ ਜਾਣਾ ਤੇ ਤਾਂ ਮੈਂ ਤੁਹਾਨੂੰ ਕਿਉਂਕਿ ਉਦੋਂ ਬੱਸਾਂ ਤੇ ਜਾਂਦੇ ਸੀਗੇ ਕਿਹੜਾ ਬਗਲੀਆਂ ਸੀਗੀਆਂ ਹਾਂ ਤੇ ਫਿਰ ਮੈਂ ਕਿਹਾ ਮੈਨੂੰ ਛੱਡ ਕੇ ਗਏ ਫਿਰ ਬੜੀ ਮੁਸ਼ਕਲ ਨਾਲ ਕੰਫੀਡੈਂਸ ਤੇ ਲਿਆ ਮੈਂ ਆਪਣੇ ਐਸਪਰ ਨੂੰ ਕਿਨੇ ਚਿਰ ਬਾਅਦ ਵੀ ਉਹ ਦਾ ਸੱਚੀ ਉਸ ਤੋਂ ਬਾਅਦ ਫਿਰ ਮੈਂ ਕੰਮ ਛੱਡਤਾ ਮੈਂ ਕਿ ਨਹੀਂ ਜਾ ਰਿਹਾ ਤਖੱਜਲ ਕੁਆਰੀ ਬਹੁਤ ਆ ਬੱਚੇ ਕਿੱਥੇ ਛੱਡ ਗਏ ਹਨਾ ਫਿਰ ਮੈਨੂੰ ਬਹੁਤ ਆਫਰ ਆਉਂਦੀਆਂ ਸੀ ਮੈਨੂੰ ਰੇਟ ਤੇ ਆਉਂਦੀਆਂ ਸੀ ਪਰ ਉਹ ਫਿਰ ਮੈਂ ਨਹੀਂ ਕੀਤਾ ਮੈਨੂੰ ਆਏ ਸੀਗਾ ਵੀ ਨਹੀਂ ਯਾਰ ਮੈਂ ਉਹ ਵੇਖ ਲਿਆ ਇੱਕ ਵੀ ਤੁਹਾਡੇ ਤਾਂ ਕੋਈ ਟਾਈਮ ਹੀ ਨਹੀਂ ਹੈਗਾ ਹੁਣ ਮੈਂ ਕਿਉਂਕਿ ਇਹ ਜਿਹੜੀ ਸਾਡੀ ਲਾਈਨ ਇਹ ਤੁਹਾਡਾ ਉਹ ਦੇਖਦੀ ਹੈ ਵੀ ਤੁਸੀਂ ਪੇਸ਼ੈਂਸ ਹੈਗਾ ਕਿ ਨਹੀਂ ਪੇਸ਼ੈਂਸ ਬਹੁਤ ਚਾਹੀਦਾ ਸਾਨੂੰ ਵੀ ਬੱਚੇ ਪੇਸ਼ੈਂਸ ਬਹੁਤ ਚਾਹੀਦਾ ਹੈ ਕਿ ਐਕਟਰ ਹੈ ਨਾ ਤੇ ਉਹ ਮੇਰੇ ਕੋਲ ਹੁੰਦਾ ਨਹੀਂ ਸੀ ਕਿਉਂਕਿ ਮੈਨੂੰ ਮੇਰੇ ਘਰ 'ਚ ਕੋਈ ਹੋਰ ਹੁੰਦਾ ਨਹੀਂ ਸੀ ਕਿ ਜਿਹੜੇ ਮੈਂ ਵਿੱਚ ਕੋਈ ਲੁੱਕ ਅਫਟਰ ਕਰ ਲੈ ਬੱਚਿਆਂ ਨੂੰ ਜੀ ਜੀ ਇਸ ਕਰਕੇ ਫਿਰ ਮੈਂ ਉਦੋਂ ਮੈਨੂੰ ਬਹੁਤ ਰੀਡ ਤੇ ਮੈਨੂੰ ਅ ਮਤਲਬ ਕੰਮ ਮਿਲਦਾ ਸੀ ਬਹੁਤ ਲੋਕ ਮੇਰੇ ਘਰ ਆਉਂਦੇ ਸੀ ਡਾਇਰੈਕਟਰ ਪ੍ਰੋਡਿਊਸਰ ਪਰ ਮੈਂ ਫਿਰ ਕੀਤਾ ਨਹੀਂ ਆ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਕਮਬੈਕ ਕਦੋਂ ਕੀਤਾ ਜਾਂ ਕਦੋਂ ਲੱਗਿਆ ਦੋ ਤਿੰਨ ਸਾਲ ਉਦੋਂ ਲੰਘ ਗਏ ਫਿਰ ਉਦੋਂ ਇੰਨਾ ਕੰਮ ਵੀ ਨਹੀਂ ਸੀ ਹੁੰਦਾਗਾ ਤੇ ਤੁਹਾਨੂੰ ਪਤਾ ਵੀ ਇੱਕ ਵਾਰ ਜਦੋਂ ਅਸੀਂ ਕਿਤੇ ਸੈੱਟ ਤੇ ਚਲੀ ਜੇ ਗਾਂ ਦੇ ਗਾਂ ਫਿਰ ਉਸ ਤੋਂ ਬਾਅਦ ਫਿਰ ਇੱਕ ਅੱਧੀ ਕੋਈ ਫਿਲਮ ਮਿਲੀ ਮੈਨੂੰ ਉਹ ਵੀ ਇੱਕ ਛੋਟਾ ਜਿਹਾ ਇੱਕ ਕਿਹੜੀ ਫਿਲਮ ਸੀ ਉਹ ਜ਼ਿੰਮੇਵਾਰ ਬਤਨ ਕੀ ਇਦਾਂ ਦਾ ਕੋਈ ਨਾਂ ਸੀਗਾ ਕੋਈ ਹੈਨਾ ਉਹ ਆਈ ਵੀ ਨਹੀਂ ਡੱਬਾ ਬੰਦੀ ਉਹ ਅੱਛਾ ਨਹੀਂ ਉਹ ਚੋ ਚ ਇੱਕ ਛੋਟਾ ਜਿਹਾ ਮੈਨੂੰ ਪਰ ਜਿਹੜੀ ਫਿਲਮ ਦੇ ਸੈੱਟ ਤੇ ਲੇਟ ਹੋਏ ਸੀਗੇ ਉਹ ਫਿਲਮ ਕਿਹੜੀ ਸੀ ਉਹ ਫਿਲਮ ਸੀਗੀ ਅ ਸਿੰਘ ਸੁਰਮੇ ਸ਼ਾਇਦ ਅੱਛਾ ਠੀਕ ਹੈ ਸਿੰਘ ਸੁਰਮੇ ਸਿੰਘ ਸੁਰਮੇ ਸੀਗੀ ਫਿਲਮ ਦਾ ਨਾਂ ਤੇ ਪਰ ਉਹ ਵੀ ਡੱਬਾ ਬੰਦੀ ਹੈ ਜੀ ਤੇ ਇਦਾਂ ਦਾ ਮਤਲਬ ਇਦਾਂ ਦੀ ਮੇਰੀ ਰਹੀ ਹੈ ਉਸ ਤੋਂ ਬਾਅਦ ਫਿਰ ਅ ਬੜਾ ਮੈਨੂੰ ਕੰਮ ਆਉਂਦਾ ਰਿਹਾ ਬਹੁਤ ਮੈਨੂੰ ਕੰਮ ਆਇਆ ਕਿਉਂਕਿ ਬਹੁਤ ਲੋਕਾਂ ਨੇ ਕਹਿਣਾ ਕਿ ਅ ਹੁਣ ਸਾਡੇ ਪ੍ਰੀਤੀ ਸੱਪੂਰਜੀ ਜੀ ਜਨਰਲ ਮੈਂ ਵੇਖ ਕੇ ਮੈਂ ਵੱਡੀ ਹੋਈਆਂ ਪਰ ਬਹੁਤ ਸਤਿਕਾਰਯੋਗ ਆ ਇਹ ਮੇਰੇ ਦਿਲ 'ਚ ਨਾ ਮਾਰਿਆ ਸੀ ਇਹ ਤੇ ਤੁਸੀਂ ਨਾਲ ਹੀ ਲੈ ਲਿਆ ਵੀ ਉਹ ਮੈਨੂੰ ਕਹਿੰਦੇ ਕਿ ਇੰਡਸਟਰੀ 'ਚ ਜੇ ਕੋਈ ਮਤਲਬ ਇੱਕ ਹੀਰੋਇਨ ਸਟਾਫ ਆਏ ਤੇ ਸਤਵੰਤਾ ਹਾਂ ਨਾ ਬਿਲਕੁਲ ਪ੍ਰੀਤੀ ਜੀ ਤੋਂ ਬਾਅਦ ਮੈਂ ਕਿਹਾ ਉਹ ਤਾਂ ਡਾਇਰੈਕਟਰ ਸੀ ਕਹਿੰਦੇ ਉਹ ਵੀ ਤਾਂ ਕਿਸੇ ਟਾਈਮ ਨਵੀਂ ਸੀਗੇ ਹਾਂ ਹੈ ਨਾ ਵੀ ਇਦਾਂ ਹੀ ਹੁੰਦਾ ਕੋਈ ਨਾ ਪਰ ਉਸ ਟਾਈਮ ਫਿਲਮਾਂ ਨਹੀਂ ਸੀ ਬੰਦੀਆਂ ਗਈਆਂ ਹਾਂ ਇਹ ਫਿਲਮਾਂ ਬੰਦੀਆਂ ਹੁੰਦੀਆਂ ਤਾਂ ਫਿਰ ਜਦੋਂ ਬੰਦੀਆਂ ਸੀ ਫਿਰ ਉਹ ਤੁਹਾਡੇ ਘਰ ਦੀਆਂ ਵੀ ਕੁਝ ਇਦਾਂ ਦੀਆਂ ਦੇਆਂ ਸੀਗਾ ਫਿਰ ਤਾਂ ਕਰਨੀ ਸੀ ਔਰ ਜਿਹੜਾ ਦੌਰ ਪ੍ਰੀਤੀ ਸੱਪਰੂਜੀ ਨੂੰ ਮਿਲਿਆ ਉਦੋਂ ਥੋੜਾ ਜਿਹਾ ਸਿਨੇਮਾ ਐਕਟਿਵ ਸੀ ਜਦੋਂ ਜੇ ਤੁਸੀਂ ਸ਼ੁਰੂ ਕੀਤਾ ਉਦੋਂ ਸਿਨੇਮਾ ਥੋੜਾ ਡਲ ਹੋ ਗਿਆ ਅਵਿੰਦਰ ਜੀ ਤੋਂ ਬਾਅਦ ਫਿਰ ਸਿਨੇਮਾ ਬਿਲਕੁਲ ਖਤਮ ਹੋ ਗਿਆ ਸੀ ਬਿਲਕੁਲ ਖਤਮ ਹੀ ਹੋ ਗਿਆ ਸੀ ਇੱਕ ਤੇ ਬੰਦੀਆਂ ਨਹੀਂ ਸੀਗੀਆਂ ਫਿਲਮਾਂ ਫਿਰ ਆਈ ਕਿ ਮਾੜੀਆਂ ਮੋਟੀਆਂ ਕਿ ਦੁੱਕੀ ਕਿਤੇ ਬੰਦੀਆਂ ਸੀਗੀਆਂ ਹਾਂਜੀ ਫਿਰ ਉਸ ਤੋਂ ਬਾਅਦ 2001 ਤੋਂ ਫਿਰ ਹਰਪਜਨ ਮਾਨ ਜੀ ਨੇ ਬਹੁਤ ਸੋ ਫਿਲਮਾਂ ਹਾਂਜੀ ਉਹ ਹਾਂ ਉਹਨਾਂ ਦੀਆਂ ਫੈਸਟ ਸ਼ੁਰੂ ਕਰਨਾ ਸ਼ੁਰੂ ਕੀਤੀ ਹਾਂ ਉਹਨਾਂ ਨੇ ਚੱਕਿਆ ਦੁਬਾਰਾ ਸਿਨੇਮਾ ਦਾ ਹਾਂਜੀ ਤੇ ਤੁਸੀਂ ਗੀਤਾਂ ਦੇ ਵਿੱਚ ਵੀ ਜਿਹੜੀ ਸ਼ੁਰੂਆਤ ਤੁਹਾਡੀ ਰਹੀ ਅੱਗੇ ਕਦੋਂ ਇੱਕ ਉਹ ਬ੍ਰੇਕ ਮਿਲਿਆ ਜਿਸ ਤੋਂ ਲੱਗਿਆ ਕਿ ਹੁਣ ਮੈਂ ਕੰਟੀਨਿਊ ਕਰਦੀਆਂ ਜਾਂ ਕੰਫਰਟ ਬਣ ਗਿਆ ਤੇ ਜਦੋਂ ਮੈਂ ਹਾਂ ਮੇਰਾ ਜਿਹੜਾ ਕੰਫਰਟ ਸੀਗਾ ਉਹ ਸੀਗਾ ਕਿ ਜਦੋਂ ਮੈਂ ਗੁਰਦਾਸ ਮਾਨ ਜੀ ਦਾ ਗਾਣਾ ਕੀਤਾ ਨਾ ਮੁੜ ਮੁੜ ਜਾ ਦਸਾਵੇ ਪਿੰਡ ਦੀਆਂ ਗਲੀਆਂ ਦੀ ਹਾਂ ਉਸ ਟਾਈਮ ਫਿਰ ਮੈਨੂੰ ਥੋੜਾ ਜਿਹਾ ਮੈਂ ਉਦੋਂ ਬਾਅਦ ਨੇ ਵੇ ਪਿੱਛੇ ਮੁੜ ਕੇ ਦੇਖਿਆਗਾ ਮੈਂ ਅੱਛਾ ਉਦੋਂ ਇਸ ਤਰ੍ਹਾਂ ਹੋਇਆ ਸੀ ਕਿ ਉਹ ਗਾਣਾ ਵੀ ਮੈਨੂੰ ਇੱਕ ਬਹੁਤ ਵਧੀਆ ਮਿਲਿਆ ਹੂੰ ਤੇ ਉਹਦੇ ਵਿੱਚ ਅਸੀਂ ਗਾਣਾ ਹੀ ਕਰਨ ਜਾਣਾ ਸੀਗਾ ਬਠਿੰਡੇ ਕੰਨੇ ਅਬੋਰ ਤੋਂ ਗਾਂ ਅੱਗੇ ਪਿੰਡਾਂ ਚ ਅੱਛਾ ਉਹਦੇ ਚ ਐਦਾਂ ਸੀਗਾ ਕਿ ਉਦੋਂ ਪਹਿਲਾਂ ਜਦੋਂ ਮੈਂ ਉਸ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਟਾਈਮ ਦੱਸਦੀ ਹਾਂ ਕਿ ਜਦੋਂ ਉਦੋਂ ਪਹਿਲਾਂ ਜੇ ਮੈਂ ਇੱਕ ਅੱਧੇ ਦਿਨ ਵਾਸਤੇ ਕਿਤੇ ਬਾਹਰ ਜਾਂਦੀ ਸੀ ਤੇ ਤੀਜੇ ਦਿਨ ਜੇ ਲੱਗ ਜਾਂਦਾ ਤੇ ਮੇਰੇ ਹਸਬੰਦ ਲੜਦੇ ਸੀ ਉਦੋਂ ਮੇਰੇ ਹਸਬੰਦ ਐਗਰੀ ਹੋ ਗਏ ਸੀ ਥੋੜਾ ਜਿਹਾ ਅੱਛਾ ਜਿਹਾ ਕਰਨਾ ਤਾਂ ਫਿਰ ਕਰ ਲੈ ਕੋਈ ਗੱਲ ਨਹੀਂ ਪਰ ਤੂੰ ਫਿਰ ਬੱਚਿਆਂ ਦੇ ਦੇਖ ਤੂੰ ਜਿਆਦਾ ਦੂਰ ਨਹੀਂ ਜਾਣਾ ਕਿਤੇ ਵੀ ਸਵੇਰੇ ਜਾ ਕੇ ਸ਼ਾਮੀ ਘਰ ਆ ਜਾ ਇਦਾਂ ਦਾ ਤੇ ਉਹ ਫਿਰ ਮੈਂ ਇਦਾਂ ਦਾ ਕਰ ਲੱਗੇ ਵੀ ਜਿਹੜਾ ਗਾਣਾ ਕੋਈ ਸਵੇਰੇ ਜਾਣਾ ਤੇ ਸ਼ਾਮੀ ਘਰ ਆ ਜਾਣਾ ਸਵੇਰੇ ਜਾ ਮਣ ਸ਼ਾਨ ਉਹ ਕਰ ਲਿਆ ਉਹ ਕਰ ਲੈਂਦੀ ਸੀ ਤੇ ਜੇ ਮੈਂ ਕਿਤੇ ਉਸ ਤੋਂ ਬਾਅਦ ਫਿਰ ਇੱਕ ਨਾ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕੋਈ ਸੀਰੀਅਲ ਜੋ ਵੀ ਬੜੇ ਬੰਦੇ ਸੀਗੇ ਲਿਸ਼ਕਾਰਾ ਵਾਸਤੇ ਨਾ ਉਹਦੇ ਵਿੱਚ ਮੈਨੂੰ ਬੜੀਆਂ ਆਫਰ ਆਉਂਦੀਆਂ ਸੀ ਉਹ ਲੰਬੇ ਸੀਗੇ ਫਿਰ ਉਹ ਮੈਂ ਕਰ ਨਹੀਂ ਸਕਦੀ ਸੀ ਸਿਰ ਕਿਉਂਕਿ ਮੈਂ ਇੰਨਾ ਲੰਬਾ ਟਾਈਮ ਫਿਰ ਬੱਚੇ ਮੇਰੇ ਰੁੱਲਦੇ ਸੀਗੇ ਤਾਂ ਕਰਕੇ ਫਿਰ ਮੈਂ ਉਹ ਨਹੀਂ ਕੀਤੇਗੇ ਮੈਨੂੰ ਲੀਡ ਤੇ ਬਹੁਤ ਆਫਰ ਆਉਂਦੀਆਂ ਸੀ ਜੀ ਤੇ ਉਦੋਂ ਜੇ ਮੈਂ ਕਿਤੇ ਬਾਹਰ ਕਿਤੇ ਚਲੀ ਗਈਆਂ ਸਪੋਜ਼ ਕਰੋ ਕਿਤੇ ਕਿਸੇ ਸ਼ੂਟ ਵਾਸਤੇ ਮੈਂ ਚਲੀ ਗਈ 12 ਮਸਾ ਚਲੀ ਗਈ ਜਲੰਧਰ ਚਲੀ ਗਈ ਕਿਤੇ ਚਲੀ ਗਈ ਜੇ 2 ਦਿਨ ਤੋਂ 3ਜਾ ਦਿਨ ਲੱਗ ਗਿਆ ਤੇ ਮੇਰੇ ਹਸਬੰਦ ਲੜਨ ਲੱਗ ਜਾਂਦੇ ਸੀ ਤੂੰ ਤਾਂ 2 ਦਿਨ ਦਾ ਕਹਿ ਕੇ ਗਈ ਸੀ 3ਜਾ ਦਿਨ ਕਿਉਂ ਲਾ ਕੇ ਆਈਆਂ ਕਿ ਉਹ ਲਾਇਆ ਤੁਜਾ ਜਦ ਮੇਰੇ ਖਿਆਲ ਨਾਲ ਜਿਹੜੇ ਤੁਹਾਡੇ ਬਾਰੇ ਚਲੋ ਜੋ ਵੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ ਹੁਣ ਹਰ ਜਗ੍ਹਾ ਦੇ ਉੱਤੇ ਸ਼ਾਇਦ ਹੀ ਅਵੇਲੇਬਲ ਹੁੰਦਾ ਕਿ ਹਸਬੰਡ ਨੇ ਸਪੋਰਟ ਕੀਤਾ ਤੁਹਾਡੇ ਉਸ ਦੇ ਵਿੱਚ ਕਰੀਅਰ ਦੇ ਵਿੱਚ ਤੇ ਤੁਸੀਂ ਅੱਗੇ ਆਏ ਸੋ ਬਟ ਤੁਸੀਂ ਅੱਜ ਦੱਸਦੇ ਹੋ ਕਿ ਬਹੁਤ ਅਰਚਨਾ ਵੀ ਸੀਗੀਆਂ ਬੜੀਆਂ ਅਰਚਨਾ ਸੀਗੀਆਂ ਉਹ ਤੁਸੀਂ ਇੱਕ ਤਰੀਕੇ ਦੇ ਨਾਲ ਉਹ ਕਮਾਇਆ ਹੀ ਹੈ ਇਨ ਕੇਸ ਜਦੋਂ ਵੀ ਆ ਕੇ ਸਪੋਰਟ ਮਿਲਨੀ ਸ਼ੁਰੂ ਹੋਈ ਹੋਏਗੀ ਤਾਂ ਉਹ ਤੁਸੀਂ ਕਮਾਈ ਆ ਆਪਣੇ ਇਸ ਸਟਰਗਲ ਦੇ ਨਾਲ ਹਾਂ ਉਦੋਂ ਮੈਨੇ ਸਟਰਗਲ ਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਗਾਣਾ ਕੀਤਾ ਸੀ ਨਾ ਜੀ ਮੇਰੇ ਹਾਂਜੀ ਮੇਰੇ ਸੁਣ ਉਹਦੋਂ ਮੈਨੂੰ ਸਪੋਰਟ ਕੀਤੀ ਉਦੋਂ ਵੀ ਇਸ ਤਰ੍ਹਾਂ ਹੋਇਆ ਕਿ ਅਸੀਂ ਮੈਨੂੰ ਮਤਲਬ ਬਹੁਤ ਕਾਲ ਆਈਆਂ ਮਤਲਬ 3 ਘੰਟਿਆਂ ਦੇ ਵਿੱਚ ਬਹੁਤ ਕਾਲ ਜੋ ਛੇਤੀ ਕਰੋ ਛੇਤੀ ਕਰੋ ਫਾਈਨਲ ਕਰੋ ਛੇਤੀ ਕਰੋ ਮਤਲਬ ਅਸੀਂ ਉਧਰ ਜਾਣਾ ਸੀ ਮੈਂ ਐਗਰੀ ਨਹੀਂ ਸੀ ਜਾਣ ਤੇ ਤੇ ਇੱਕ ਮੈਨੂੰ ਅਗਲੀਆਂ ਲਈ ਪਿੰਡ ਦੀਆਂ ਅਗਲੀਆਂ ਲਈ ਅੱਛਾ ਤੁਸੀਂ ਐਗਰੀ ਨਹੀਂ ਸੀ ਮੈਂ ਐਗਰੀ ਨਹੀਂ ਸੀਗੀ ਹਾਂ ਅੱਛਾ ਤੇ ਇੱਕ ਮੇਰਾ ਪਾਰਲਰ ਸੀਗਾ ਮੈਂ ਬਿਊਟੀਸ਼ੀਅਨ ਵੀ ਰਹਾ ਚੁਕੀ ਹਾਂ ਤੇ ਮੇਰਾ ਪਾਰਲਰ ਸੀਗਾ ਤੇ ਮੇਰੇ ਕੋਲ ਇੱਕ ਸੇਮ ਡੇ ਇੱਕ ਬਰਾਇਡਲ ਵੀ ਮੇਕਅਪ ਅਸਤੇ ਹੋਣੀ ਸੀਗੀ ਕਿਉਂਕਿ ਉਹ ਮਨੇ 3-4 ਮਹੀਨਾ ਤੋਂ ਪਹਿਲਾਂ ਹੀ ਮੈਂ ਬੁੱਕ ਕੀਤੀ ਹੋਈ ਸੀਗੀ ਤੇ ਮੈਂ ਇਹ ਵੀ ਸੋਚਾਂ ਵੀ ਨਹੀਂ ਅਚਾ ਮੈਨੂੰ ਹਰ ਕਿਸੇ ਨੂੰ ਹੁੰਦਾ ਕਿ ਐਡੇ ਵੱਡੇ ਸਟਾਰ ਬੰਦੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਠੀਕ ਹੈ ਤੇ ਵੀ ਮੈਂ ਮਹਿਮਾਨ ਸਾਹਿਬ ਦੀ ਫੈਨ ਆ ਸਭ ਤੋਂ ਪਹਿਲੀ ਫਿਲਮ ਵੀ ਮਹਿਮਾਨ ਸਾਹਿਬ ਦੀ ਦੇਖੀ ਸੀਗੀ ਅੱਛਾ ਮਾਮਲਾ ਗੜਬੜ ਤੇ ਮੈਂ ਇਹਨਾਂ ਦੇ ਨਾਲ ਮੈਨੂੰ ਹੋਰ ਤਾਂ ਗਾਣੇ ਤਾਂ ਛੱਡ ਵੀ ਇਹਨਾਂ ਦੀ ਸ਼ਕਲ ਦੇਖਣ ਨੂੰ ਮੈਨੂੰ ਮੌਕਾ ਮਿਲ ਰਿਹਾ ਹੈ ਵੀ ਇਹਨਾਂ ਨੂੰ ਮੈਂ ਦੇਖੂਗੀ ਤਾਂ ਸਹੀ ਸਾਹਮਣੇ ਆਮਨੇ ਸਾਹਮਣੇ ਵੀ ਮੈਂ ਜਾਵਾਂ ਇੱਕ ਵਾਰ ਸੀ ਕਿ ਇਹ ਹੁਣ ਵੀ ਜਿਹਨੂੰ ਬੁਕਿੰਗ ਕੀਤੀ ਹੈ ਵੀ ਇਹਦਾ ਵੀ ਕੀ ਕਰਾਂ ਅਚਾਨਕ ਇਹ ਕਿ ਹੋਇਆ ਕਿ ਜਦੋਂ ਮੈਨੂੰ 7 8 10 ਫੋਨ ਆਈ ਗਏ ਡੜਾ 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 ਦਸੋ 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 ਵੀ ਚਾਹੀਦੇ ਤੁਸੀਂ ਮਾਨ ਸਾਹਿਬ ਦੇ ਬਚਪਨ ਦੀ ਮਦਰ ਲੱਗਣੀ ਚਾਹੀਦੀ ਹੈ 5 ਕੇ ਸਾਲ ਦੇ ਇਹਨਾਂ ਦਾ ਆ ਇਨਾਂ ਦੀ ਕੰਪਨੀ ਜਿਹੜੀ ਕੈਟਰੀ ਕਾਲਜ ਸੀਗੇ ਨਾ ਇਹਨਾਂ ਦੇ ਮੈਂ ਪਹਿਲਾਂ ਇੱਕ ਕਰ ਚੁੱਕੀ ਸੀ ਗਾਣਾ ਇਹਨਾਂ ਦਾ ਅੱਛਾ ਜੀ ਵੀ ਉਹ ਸੇਮ 5 ਕਿ ਸਾਲ ਦੇ ਬੱਚੇ ਦੇ ਮਦਰ ਦਾ ਓਕੇ ਉਹਨਾਂ ਨੇ ਤਾਂ ਮੇਰਾ ਨਾਮ ਸੁਜੈਸਟ ਕੀਤਾ ਸੀ ਗੌਰਵ ਤਰੇਨ ਨੇ ਉਹਨਾਂ ਨੇ ਮੇਰਾ ਨਾਮ ਉੱਥੇ ਸੁਜੈਸਟ ਕੀਤਾ ਸੀ ਵੀ ਤੁਸੀਂ ਸੁਤੰਤ ਮੈਡਮ ਨੂੰ ਲੈ ਲਓ ਥੋੜੇ ਦਿਨ ਪਹਿਲਾਂ ਹੀ ਮੈਂ ਉਹਨਾਂ ਦਾ ਗਾਣਾ ਕੀਤਾ ਸੀਗਾ ਤੇ ਉਹ ਤਾਂ ਕਰਕੇ ਫਿਰ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਸੀਗੇ ਉਹਨਾਂ ਦੇ ਵੀ ਆ ਰਹੇ ਸੀ ਫਿਰ ਮੈਨੂੰ ਲਾਸਟ ਜਦੋਂ ਮੈਸੇਜ ਮਾਨਦ ਦਾ ਫੋਨ ਆਇਆ ਨਾ ਮੈਨੂੰ ਹੂੰ ਫਿਰ ਮੈਨੂੰ ਐ ਹੋ ਗਿਆ ਗਰ ਮੈਂ ਕਿਹਾ ਉਹ ਉਹ ਤੇ ਮਾਨ ਸਾਹਿਬ ਦੀ ਵਾਈਫ ਨੇ ਫੋਨ ਕਰਤਾ ਮੈਂ ਤਾਂ ਵੀ ਮੈਂ ਤਾਂ ਚਾਹਣਾ ਹੀ ਆ ਉਹਨੂੰ ਤਾਂ ਮੈਂ ਹਨਾ ਫਿਰ ਮੇਰੇ ਕੋਲੇ ਜਿਹੜੀਆਂ ਜਿਨ੍ਹਾਂ ਦੀ ਬੁਕਿੰਗ ਸ਼ੋ ਅਚਾਨਕ ਹੀ ਕਿਤੇ ਮੇਰੇ ਕੋਲ ਆ ਗਈਆਂ ਓਕੇ ਤੇ ਉਹਨਾਂ ਨੇ ਕਿਤੇ ਸੁਣ ਲਈਆਂ ਮੇਰੀਆਂ ਗੱਲਾਂ ਉਹ ਕਹਿੰਦੇ ਮੈਮ ਤੁਸੀਂ ਜਾਓ ਤੁਹਾਨੂੰ ਬਹੁਤ ਵੱਡੀ ਬ੍ਰੇਕ ਮਿਲਦੀ ਪਈ ਆ ਤੁਸੀਂ ਜਾਓ ਕੋਈ ਨਾ ਅਸੀਂ ਕਿਤੇ ਹੋਰ ਤਿਆਰ ਹੋ ਜਾਾਂਗੇ ਫਿਰ ਮੈਂ ਕਿਹਾ ਪੱਕਾ ਕਹਿੰਦੀ ਹਾਂ ਪੱਕਾ ਫਿਰ ਮੈਂ ਕਿਹਾ ਚਲ ਠੀਕ ਆ ਥੈਂਕ ਯੂ ਤੁਹਾਡਾ ਫਿਰ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਮੈਂ ਕਿਹਾ ਵੀ ਹਾਂਜੀ ਮੈਮ ਮੈਂ ਜਾਉਂਗੀ ਪਰ ਮੈਂ ਕਿਹਾ ਮੇਰੇ ਹਸਬੰਦ ਨਾਲ ਜਾਣਗੇ ਅੱਛਾ ਵੀ ਹੁਣ ਰਾਤ ਦਾ ਟਾਈਮ ਆ 9:30 ਵਜੇ ਆ ਤੇ ਮੈਂ ਇਕੱਲੀ ਨੇ ਕਿੱਥੇ ਜਾਣਾ ਕਿਵੇਂ ਜਾਣਾ ਹੈ ਹੈਨਾ ਤੇ ਕਹਿੰਦੇ ਜੀ ਤੁਸੀਂ ਚਾਹੇ ਸਾਰਾ ਟੱਬਰ ਚੱਕ ਲਿਆ ਤੇ ਤੁਸੀਂ ਆ ਜਾਓ ਅੱਛਾ ਮੈਨੂੰ ਮੈਸੇਜ ਮਾਨੇ ਮੈਨੇ ਹੀ ਕਿਹਾ ਵੀ ਸਾਰਾ ਟੱਬਰ ਚੱਕ ਲਿਓ ਤੁਸੀਂ ਪਰ ਤੁਸੀਂ ਪਹੁੰਚ ਜੋ ਸਵੇਰੇ 7 ਵਜੇ ਦਾ ਕੋਲ ਟਾਈਮ ਆ ਫਿਰ ਮੈਂ ਕਿਹਾ ਫਿਰ ਮੈਂ ਆਉਂਗੀ ਕਿਵੇਂ ਮੈਮ ਜੀ ਹੂੰ ਵੀ ਹੁਣ ਕੋਈ ਬੱਸ ਬੁਸਕੇ ਕਹਿੰਦੇ ਬੱਸ ਨਹੀਂ ਤੁਸੀਂ ਐਡਰੈਸ ਦੱਸੋ ਤੇ ਗੱਡੀ ਭੇਜਦੀ ਮੈਂ ਤੁਹਾਡੇ ਕੋਲੇ ਅੱਛਾ ਇਹ ਮੈਸੇਜ ਮਾਨ ਨੇ ਮੈਨੂੰ ਆਪ ਕਿਹਾ ਨਾ ਆਪ ਉਹਨਾਂ ਨੇ ਕਾਲ ਕੀਤਾ ਕਹਿੰਦੇ ਗੱਡੀ ਭੇਜਦੀ ਆ ਕਿੱਥੇ ਹੋ ਤੁਸੀਂ ਮੈਂ ਕਿਹਾ ਮੈਂ ਨੋ ਫੇਸ ਆ ਕਹਿੰਦੇ ਚਲੋ ਮੈਂ ਮੁੰਡੇ ਨੂੰ ਕਹਿੰਨੀ ਆ ਤੁਹਾਨੂੰ ਕਾਲ ਕਰੇਗਾ ਹਾਂ ਤੇ ਉਹਨੂੰ ਐਡਰੈਸ ਦੇ ਦਿਓ ਤੇ ਤੁਸੀਂ ਆਪਣੀ ਪੈਕਿੰਗ ਕਰੋ ਫਟਾਫਟ ਤੇ ਤੁਸੀਂ ਤੁਰ ਪੋ ਹੂੰ ਤੇ ਉਹੀ ਗੱਲ ਹੈ ਮੈਂ 10:30 ਦਾ 10:30 ਵਜੇ ਮੇਰੇ ਕੋਲ ਗੱਡੀ ਆ ਗਈ ਮੈਂ ਤੇ ਮੇਰੇ ਹਸਬੰਦ ਬੈਠੇ ਚਲੇ ਗਏ ਸਵੇਰ ਨੂੰ ਅਸੀਂ ਸਵੇਰੇ 3 ਵਜੇ ਪਹੁੰਚੇ ਅਬੂਰ 3 ਵਜੇ ਪਹੁੰਚੇ ਤੇ 5 ਵਜੇ ਦਾ ਕਾਲ ਟਾਈਮ ਸੀਗਾ ਸੈੱਟ ਤੇ ਪਹੁੰਚਣਾ ਸੀ ਉੱਥੇ ਬਹੁਤ ਦੂਰ ਜੀ ਤੇ 7 ਵਜੇ ਤੱਕ ਜੋ ਮੈਂ 7 ਵਜੇ ਮੇਕਅਪ ਕਰਾ ਕੇ ਬੈਠੇ 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 ਸ਼ਾਮ ਦੇ 7 ਵਜੇ ਆਈ ਮਾਰਚ ਦਾ ਮਹੀਨਾ ਸੀਗਾ ਹਾਂ ਸ਼ਾਮ ਦੇ 7 ਵਜੇ ਮਾਨ ਸਾਹਿਬ ਦੇ ਸੀਨ ਚੱਲੀ ਜਾਂਦੇ ਚੱਲੀ ਜਾਂਦੇ ਚੱਲੀ ਜਾਂਦੇ ਜਦੋਂ ਮੇਰਾ ਸੀਨ ਕਰਨਾ ਸੀ ਉਦੋਂ ਜਿਹੜਾ ਮਾਨ ਸਾਹਿਬ ਦਾ ਰੋਲ ਕਰ ਰਿਹਾ ਸੀ ਛੋਟਾ ਬੱਚਾ ਹੂੰ ਉਹ ਮਾਨ ਸਾਹਿਬ ਦੇ ਨੂੰ ਕੋਈ ਫਰੈਂਡ ਆ ਦਿੱਲੀ ਤੋਂ ਤੇ ਉਹਨਾਂ ਦਾ ਪੋਤਾ ਸੀ ਉਹ ਪੰਜ ਪੰਜ ਸੱਤ ਪੰਜ ਕੇ ਸਾਲ ਦਾ ਉਹ ਸਾਰਾ ਦਿਨ ਤਾਂ ਬੜਾ ਹੈਪੀ ਜਿਆ ਤੇ ਜਦੋਂ ਇਹ ਇਨਸੀਨ ਕਰ ਲੱਗ ਗਿਆ ਵਿਟਰ ਗਿਆ ਬੱਚਾ ਹੂੰ ਉਹ ਇਹੋ ਜਿਹਾ ਵਿਟਰਿਆ ਵੀ ਉਧਰੋਂ ਤਾਂ ਲਾਈਟ ਜਾ ਰਹੀ ਤੇ ਉਧਰੋਂ ਫਿਰ ਉਹ ਕਹਿੰਦਾ ਵੀ ਮੈਂ ਤਾਂ ਬਸ ਮੈਨੂੰ ਤਾਂ ਕੋਈ ਹੱਥ ਹੀ ਨਾ ਲਾਵੇ ਬੜਾ ਮਾਨ ਸਾਹਿਬ ਨੇ ਸਾਬ ਨੇ ਬੜੀਆਂ ਤਰਲੇ ਮਿੰਤਾ ਕੀਤੀਆਂ ਪਰ ਉਹ ਮੰਨਿਆ ਨਹੀਂ ਬੱਚੇ ਕਿੱਥੇ ਸੈਟ ਬੱਚਾ ਹਾਂ ਮੈਨੂੰ ਨਹੀਂ ਹਾਂ ਤੇ ਉਹ ਫਿਰ ਐਦਾਂ ਕਰਦੇ ਕਰਦੇ ਹੁਣ 7 ਵਜੇ ਸੀ 7:30 ਵਜੇ ਨੇਰਾ ਹੋ ਗਿਆ ਪਿਕਅਪ ਹੋ ਗਿਆ ਫਿਰ ਮੈਸਜ ਮਾਰ ਮੈਂ ਕਹਿੰਦੇ ਸੌਰੀ ਮੈਮ ਸੌਰੀ ਵੀ ਇਹ ਬੱਚਾ ਵਿਟਰ ਗਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਹੁਣ ਬੱਚਾ ਹੀ ਵਿਟਰ ਗਿਆ ਆਪਾਂ ਕੀ ਕਰ ਸਕਦੇ ਹਾਂ ਨਾ ਫਿਰ ਸਵੇਰ ਨੂੰ ਵੀ ਉਹ ਬੱਚਾ ਤਿਆਰ ਨਹੀਂ ਹੋਇਆ ਅੱਛਾ ਨਹੀਂ ਹੋਇਆ ਫਿਰ ਉਹ ਮਾਨ ਸਾਹਬ ਦੇ ਨੇ ਇੱਕ ਆ چھوٹਾ ਬ੍ਰਦਰ ਆ ਹੂੰ ਫਿਰ ਉਹਨਾਂ ਦੇ ਭਾਬੀ ਕਰ ਉਹਨਾਂ ਦਾ ਸਕੂਲ ਆ ਜਾਂ ਕੀ ਹੈਗਾ ਕੁਝ ਫਿਰ ਉਹ ਕਾਫੀ ਬੱਚੇ ਲੈ ਕੇ ਆਏ ਸੀ ਬੱਚੇ ਦਿਖਾਉਣੇ ਸੀ ਉੱਥੇ ਹੂੰ ਫਿਰ ਉਹਨਾਂ ਚੋਂ ਇੱਕ ਬੱਚਾ ਲਿਆ ਤੇ ਉਹਨੂੰ ਤਿਆਰ ਚੁਰ ਕੀਤਾ ਤੇ ਉਹ ਸ਼ਾਰਟ ਕੀਤਾ ਸ਼ਾਰਟ ਕਿੰਨੇ ਚ ਹੋ ਗਿਆ ਅੱਧੇ ਘੰਟੇ ਚ ਜਿਹਦੇ ਲਈ ਇੰਨੀ ਹਾਂ ਸਵਾ 10 ਵਜੇ ਉਹਨਾਂ ਨੇ ਕੈਮਰਾ ਆਨ ਕੀਤਾ ਜੀ ਤੇ ਪੌਣੇ 11 ਵਜੇ ਡਨ ਡਨ ਔਰ ਮੈਨੂੰ ਵੀ ਨਹੀਂ ਪਤਾ ਲੱਗਾ ਕਿਵੇਂ ਹੋ ਗਿਆ ਮੈਨੂੰ ਜਿਵੇਂ ਉਹਨਾਂ ਨੇ ਕਿਹਾ ਵੀ ਐਮ ਐਮ ਕਰੋ ਮੈਂ ਕਰੇਗੀ ਕਿਉਂਕਿ ਉਹ ਚੱਕੜਾ ਕੋ ਡਾਇਲੋਗ ਸੀਗਾ ਹਾਂ ਉਸੇ ਡਾਇਲੋਗ ਦਾ ਹਾਂ ਵੀ ਐਮ ਐਮ ਹੀ ਕਰੋ ਮੈਮ ਇਦਾਂ ਦਾ ਕਰੋ ਇਦਾਂ ਦਾ ਕਰੋ ਤੇ ਉਹ ਪੌਣੇ 11 ਵਜੇ ਡਨ ਹੂੰ ਤੇ ਉਹ ਸਾਰੇ ਮਤਲਬ ਬੜੇ ਉਹ ਕਹਿੰਦੇ ਲਓ ਬਹੁਤ ਵਧੀਆ ਮਤਲਬ ਕਲਾਪਿੰਗ ਕੀਤੀ ਕਹਿੰਦੇ ਉਹ ਬਸ ਫਸਟ ਏਕੀ ਓਕੇ ਹੋ ਗਿਆ ਤਾਂ ਜੀ ਫਿਰ ਉਹਨਾਂ ਨੇ ਮੈਨੂੰ ਪੇਮੈਂਟ ਦਿੱਤੀ ਗੱਡੀ ਦਿੱਤੀ ਕਹਿੰਦੇ ਮੈਂਮਾ ਗੱਡੀ ਖੜੀ ਆ ਹੁਣ ਤੁਸੀਂ ਜਿੱਥੇ ਜਾਣਾ ਚਾਹੁੰਦੇ ਜਾਓ ਮੈਂ ਕਿਹਾ ਮੈਂ ਮੋਗੇ ਜਾਣਾ ਕਹਿੰਦੇ ਕੋਈ ਗੱਲ ਨਹੀਂ ਮੋਗੇ ਜਾਂਦੇ ਹਾਂ ਹਾਂ ਤੇ ਫਿਰ ਇਦਾਂ ਮੇਰਾ ਹੋਇਆ ਸੀ ਫਿਰ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਮੈਨੂੰ ਕਦੇ ਕੁਝ ਨਹੀਂ ਕਿਹਾ ਹੂੰ ਫਿਰ ਮੈਂ ਇਹਨਾਂ ਨੂੰ ਅੱਛਾ ਉਦੋਂ ਫਿਰ ਇਹ ਵੀ ਹੋ ਗਿਆ ਨਾ ਮੈਨੂੰ ਆ ਲੱਗਦਾ ਉਹਨਾਂ ਨੇ ਖੁਦ ਵੀ ਮਾਹੌਲ ਦੇਖ ਲਿਆ ਮਾਹੌਲ ਦੇਖ ਲਿਆ ਨਾ ਉਹਨਾਂ ਨੇ ਉਹਨਾਂ ਨੇ ਦੇਖਿਆ ਕਿ ਸਾਰਾ ਕੁਝ ਵੈਸੇ ਤਾਂ ਸੇਫ ਸੀਗਾ ਪਰ ਗੱਲ ਇਹ ਹੈ ਵੀ ਟੈਕਨੀਕਲੀ ਜਾਂ ਕੁਝ ਰੀਜ਼ਨਸ ਇਦਾਂ ਦੇ ਹੋ ਜਾਂਦੇ ਨੇ ਜੇ ਅੱਗੇ ਮੈਂ ਇਦਾਂ ਦਾ ਉਹਨੂੰ ਟੈਕਨੀਕਲੀ ਕਹਿੰਦੇ ਸੀ ਤੇ ਉਹ ਫਿਰ ਮੰਨਦੇ ਨਹੀਂ ਚਾਹੀ ਫਿਰ ਮੈਂ ਕਿਹਾ ਫਿਰ ਮੈਂ ਇਹਨਾਂ ਨੂੰ ਰਾਜ ਆ ਮੈਂ ਕਿਹਾ ਦੇਖਿਆ ਹੁਣ ਦੇਖ ਲੈਣ ਤੁਸੀਂ ਆਪ ਮਾਹੌਲ ਮੈਂ ਕਿਹਾ ਦੇਖੋ ਕਿੰਨਾ ਸੇਫ ਆਪਾਂ ਇੱਥੇ ਵਧੀਆ ਨਾ ਤੇ ਕਿੰਨਾ ਵਧੀਆ ਆਪਾਂ ਨੂੰ ਮੋਟਰ ਹਾਟਲ ਦਿੱਤਾ ਤੁਹਾਨੂੰ ਜਾਣ ਤੇ ਮੈਂ ਕਿਹਾ ਦੇਖੋ ਬੱਚਾ ਸਾਰਾ ਦਿਨ ਨਹੀਂ ਆਪਣੇ ਛੋਟੇ ਮੈਂ ਕਿਹੜੇ ਵੇਲੇ ਦੀ ਮੈਂ 6:30 ਵਜੇ ਦੀ ਤਿਆਰ ਹੋ ਕੇ ਬੈਠੀ ਹੋਈ ਆ ਤੇ ਦੇਖੋ ਮੈਂ ਕਿਹਾ ਹੁਣ ਤੁਸੀਂ ਵੇਖ ਲੈਣਾ ਸਾਰਾ ਐਵੇਂ ਮੈਂ ਕਿਤੇ ਦੋ ਲੱਗਦੇ ਹਾਂ ਹਾਂਜੀ ਬਿਲਕੁਲ ਉਸ ਤੋਂ ਬਾਅਦ ਉਹਨਾਂ ਨੇ ਪਰ ਮੈਂ ਉਸ ਤੋਂ ਬਾਅਦ ਵੀ ਫਿਰ ਰਿਸ਼ਤੇਦਾਰਾਂ ਨੇ ਘਰ ਵਾਲਿਆਂ ਨੇ ਜਾਂ ਇਨ ਲਾਜ਼ ਨੇ ਇਹਨਾਂ ਗੱਲਾਂ ਦੇ ਉੱਤੇ ਸਵਾਲ ਤੇ ਚੁੱਕੇ ਹੋਣਗੇ ਬਹੁਤ ਅੱਜ ਤੱਕ ਉਹ ਚੁੱਕ ਦਿਆ ਫਿਰ ਫਿਰ ਸਟੈਂਡ ਲਿਆ ਸਰ ਨੇ ਫਿਰ ਹਾਂ ਫਿਰ ਉਹਨਾਂ ਨੇ ਕਿ ਸਟੈਂਡ ਤਾਂ ਮੈਂ ਹੀ ਲੈਣਾ ਚਾਹੀਦਾ ਫਿਰ ਉਹ ਤਾਂ ਕਹਿੰਦੇ ਵੀ ਕਿਉਂਕਿ ਮੈਨੂੰ ਐ ਸੀ ਵੀ ਜਦੋਂ ਮੈਂ ਮੇਰਾ ਘਰ ਠੀਕ ਆ ਮੇਰੇ ਅਸਮੈਂਟ ਮੇਰ ਨਾਲ ਐਗਰੀ ਆ ਤੇ ਫਿਰ ਉਹ ਭੈਣ ਭਰਾ ਬੋਲਦੇ ਵਾ ਜਿਹੜੇ ਭੈਣ ਭਰਾ ਉਹ ਮੇਰੇ ਮੂੰਹ ਤੇ ਮੈਨੂੰ ਨਹੀਂ ਸੀ ਬੋਲਦੇਗੇ ਅੱਗੋਂ ਪਿੱਛੋਂ ਗੱਲਾਂ ਕਰਦੇ ਸੀਗੇ ਹੂੰ ਮੇਰੇ ਮੂੰਹ ਤੱਕ ਬਾਅਦ ਚ ਗੱਲਾਂ ਆਉਂਦੀਆਂ ਸੀਗੀਆਂ ਵੀ ਐਚੋ ਐਂ ਕਹਿੰਦੇ ਮੈਂ ਕਿਹਾ ਕਹਿੰਦੇ ਕਹੀ ਜਾਂ ਸੋ ਮੈਮ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਤੇ ਚਲਦੀਆਂ ਰਹਿਣੀਆਂ ਨੇ ਇੱਥੇ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਔਰ ਇਹ ਗੱਲਾਂ ਨੂੰ ਅਸੀਂ ਇੱਥੇ ਰੋਕਾਂਗੇ ਨਹੀਂ ਔਰ ਮੈਂ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਮਾਈ ਪੋਡਕਾਸਟ ਵਿਥ ਸ਼ੇਖਰ ਰਾਏ ਦੇ ਵਿੱਚ ਤੁਸੀਂ ਸਤਵੰਤ ਕੌਰ ਜੀ ਨਾਲ ਜਿਹੜੀ ਮੁਲਾਕਾਤ ਕਰ ਰਹੇ ਹੋ ਇਹ ਕੰਟੀਨਿਊ ਰਹੇਗੀ ਔਰ ਬਹੁਤ ਸਾਰੀਆਂ ਗੱਲਾਂ ਮੈਮ ਤੁਸੀਂ ਹੁਣ ਤੱਕ ਆਪਣੇ ਸਟਰਗਲ ਬਾਰੇ ਆਪਣੀ ਲਾਈਫ ਬਾਰੇ ਐਕਟਰ ਬਣਨ ਦੀ ਜਰਨੀ ਬਾਰੇ ਦੱਸਿਆ ਨੇ ਹੁਣ ਮੈਮ ਤੋਂ ਅਸੀਂ ਇੰਡਸਟਰੀ ਦੇ ਰਾਜ਼ ਖੁਲਵਾਉਣੇ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਤੋਂ ਇੰਡਸਟਰੀ ਦੇ ਰਾਜ਼ ਖੁਲਵਾਵਾਂਗੇ ਆਹੋ ਜਿਹੜਾ ਮਾੜਾ ਮੋਟਾ ਔਰ ਕੁਝ ਸੋਸ਼ਲ ਮੁੱਦੇ ਵੀ ਨੇ ਇਦਾਂ ਦੇ ਜਿਹੜੇ ਮੈਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੇ ਨੇ ਔਰ ਤੁਹਾਡੇ ਕੋਲ ਜੋ ਤਜਰਬਾ ਹੈ ਉਹ ਵੀ ਚਾਹਾਂਗੇ ਉਸ ਦੇ ਵਿੱਚੋਂ ਤੁਸੀਂ ਆਪਣੀ ਨੌਲੇਜ opinions ਔਰ ਲੋਕਾਂ ਦੇ ਲਈ ਸੁਜੈਸ਼ਨਸ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਸੋ ਅਗਲੇ ਐਪੀਸੋਡ ਦੇ ਵਿੱਚ ਸਭ ਕੁਝ ਦੇਖਾਂਗੇ ਸੋ ਤੁਸੀਂ ਕੀ ਕਹੋਗੇ ਆਡੀਅנס ਅ ਮੈਂ ਵੀ ਇਹੀ ਕਹੂੰਗੀ ਕਿ ਅਗਲੇ ਐਪੀਸੋਡ ਚ ਫੇਰ ਮਿਲਦੇ ਆਪਾਂ ਉਹ ਛੇਤੀ ਮਿਲਾਂਗੇ ਸੋ ਤੁਸੀਂ ਵੇਟ ਕਰਨੀ ਹੈ ਵੇਟ ਕਰਾਂਗੇ ਹੈਨਾ ਬਿਲਕੁਲ ਵੇਟ ਕਰੋ ਮੈਂ ਆ ਰਹੀ ਫੇਰ ਤੁਹਾਡੇ ਕੋਲ ਦੁਬਾਰਾ ਮਾਈ ਪੋਡਕਾਸਟ ਵਿੱਚ ਸ਼ੇਖਰ ਰਾਏ ਦੇ ਵਿੱਚ ਸਤਵੰਤ ਕੌਰ ਜੀ ਨਾਲ ਮੁਲਾਕਾਤ ਜਿਹੜੀ ਆ ਜਾਰੀ ਰਹੇਗੀ ਔਰ ਜਿਹੜੀਆਂ ਹੋਰ ਗੱਲਾਂ ਨੇ ਉਹਨਾਂ ਨੂੰ ਸੁਣਨ ਦੇ ਲਈ ਤਿਆਰ ਰਹਿਣਾ ਕੀਪ ਵਾਚਿੰਗ ਮਾਈ ਪੋਡਕਾਸਟ ਵਿੱਚ ਸ਼ੇਖਰ ਰਾਏ ਠੀਕ ਹੈ